ਖੁਸ਼ਹਾਲਪੁਰ ਸਾਹਿਬ ਆਪਣੇ ਵੱਡੇ ਵੀਰ ਨੂੰ ਬੇਨਤੀ ਕਰਦਾ ਕਿ ਸੰਗਤ ਰੂਬਰੂ ਹੋਣ। ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ। ਸਮੁੱਚੀ ਸੰਗਤ ਨੂੰ ਬੇਨਤੀ ਆ ਵੀ ਹੁਣ ਤੁਸੀਂ ਆਪੋ ਆਪਣੀਆਂ ਥਾਵਾਂ ਤੇ ਬਹਿ ਜਾਓ। ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਪੰਜਾਬੀਆਂ ਦੇ ਦਿਲਾਂ ਦੀ ਧੜਕਣ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ, ਉਹਨਾਂ ਦੇ ਨਾਲ ਇਸ ਹਲਕੇ ਦੇ, ਇਸ ਜ਼ਿਲ੍ਹੇ ਦੇ ਰਹਿਣ ਵਾਲੇ ਬਹੁਤ ਹੀ ਸਤਿਕਾਰਯੋਗ ਲੋਕ ਸਭਾ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਜੀ ਚੀਮਾ ਸਾਹਿਬ, ਬਾਬਾ ਬੁੱਧ ਸਿੰਘ ਜੀ ਨਿੱਕੇ ਘੁੰਮਣਾ ਵਾਲੇ, ਸਰਦਾਰ ਲਖਬੀਰ ਸਿੰਘ ਜੀ ਲੋਧੀ ਨਗਲ ਸਾਹਿਬ, ਬਹੁਤ ਹੀ ਸਤਿਕਾਰਯੋਗ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਰਮਨਜੀਤ ਸਿੰਘ ਜੀ ਸੰਧੂ ਸਾਹਿਬ, ਸਮੁੱਚੀ ਦਰਜਾ ਬਦਰਜਾ ਲੀਡਰਸ਼ਿਪ ਵਰਕਰ ਸਾਥੀਓ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਸਾਹਿਬ, ਅੱਜ ਤੇ ਸੰਗਤ ਨੇ ਸਿਰਫ ਚੁੱਪ ਕਰਾ ਦੋ, ਪ੍ਰਧਾਨ ਸਾਹਿਬ ਅੱਜ ਤਾਂ ਸੰਗਤ ਨੇ ਤੁਹਾਡਾ ਹੁਕਮ ਹੀ ਲੈਣਾ, ਕਿਉਂਕਿ ਇਹ ਹਲਕੇ ਦੇ ਵਿੱਚ ਜਿਹੜਾ ਤੁਸੀਂ ਉਮੀਦਵਾਰ ਭੇਜਿਆ ਸੀ ਉਹ ਆਪਣੇ ਆਪ ਦੇ ਵਿੱਚ ਡੇਢ ਮਹੀਨਾ ਪਹਿਲਾਂ ਇੱਥੇ ਆਇਆ ਸੀ ਇਲੈਕਸ਼ਨ 'ਚ, ਔਰ ਇਹ ਲੋਕਾਂ ਨੇ 52,000 ਦੇ ਕਰੀਬ ਉਹਨੂੰ ਵੋਟ ਪਾਈ ਸੀ ਤੇ ਉਹਨੂੰ ਇਹ ਭੁਲੇਖਾ ਲੱਗ ਗਿਆ ਕਿ ਇਹ ਵੋਟਾਂ ਰਵੀ ਕਰਨ ਨੂੰ ਪਈਆਂ ਨੇ। ਪਰ ਪ੍ਰਧਾਨ ਸਾਹਿਬ, ਜਿੰਨੀ ਮਿਹਨਤ ਆ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸੰਧੂ ਸਾਹਿਬ ਨੇ, ਸਮੁੱਚੀ ਲੀਡਰਸ਼ਿਪ ਨੇ ਆਹ ਕਰਕੇ ਅੱਜ ਤੁਹਾਨੂੰ ਵਿਖਾਈ ਆ, ਵੋਟਾਂ ਵਾਲੇ ਦਿਨ ਵੀ 1 ਤਰੀਕ ਨੂੰ ਇਸ ਹਲਕੇ 'ਚੋਂ ਵੱਡੀ ਗਿਣਤੀ ਵਿੱਚ ਚੀਮਾ ਸਾਹਿਬ ਨੂੰ ਜਿਤਾਵਾਂਗੇ। ਔਰ ਮੈਂ ਇੱਕ ਗੱਲ ਸਟੇਜ ਤੋਂ ਕਹਿਣੀ ਚਾਹੁੰਦਾ ਵੀ ਇੱਥੇ ਜਿਹੜਾ ਡਿਪਟੀ ਮੁੱਖ ਮੰਤਰੀ ਪਹਿਲਾਂ ਰਿਹਾ ਉਹ ਲੋਕਾਂ ਨੂੰ ਦਬਕੇ ਮਾਰਦਾ ਕਿ ਤੁਹਾਡਾ ਜਿਹੜਾ ਵਾ ਅਕਾਲੀ ਦਲ ਵਾਲਿਆਂ ਦਾ ਮੈਂ ਇਲਾਜ ਕਰੂੰ। ਉਹਨੂੰ ਪੁੱਛ ਲਓ ਵੀ ਤੇਰੇ ਪਿਤਾ ਸਰਦਾਰ ਸੰਤੋਖ ਸਿੰਘ ਰੰਧਾਵੇ ਕੋਲ ਲੋਕ ਨਹੀਂ ਡਰੇ, ਇਹ ਲੋਕ ਡਰਨ ਵਾਲੇ ਨਹੀਂ, ਡੇਰਾ ਬਾਬਾ ਨਾਨਕ ਦੇ। ਤੈਨੂੰ ਬੂਥਾਂ ਦੇ ਵੀ ਜਵਾਬ ਦੇਵਾਂਗੇ ਔਰ ਹਰ ਤਰ੍ਹਾਂ ਇਹ ਤਿਆਰ ਬਰ ਤਿਆਰ ਨੇ। ਦੂਜਾ ਜਿਹੜੀ ਆਮ ਆਦਮੀ ਪਾਰਟੀ ਆ ਉਹਦਾ ਤੁਸੀਂ ਜਾਣਦੇ ਹੋ ਰੋਡ ਮੈਪ ਕੁਝ ਨਹੀਂ, ਜੋ ਕੁਝ ਪ੍ਰਧਾਨ ਸਾਹਿਬ ਨੇ, ਬਾਦਲ ਸਾਹਿਬ ਨੇ ਲੋਕਾਂ ਨੂੰ ਦਿੱਤਾ। ਸਾਡਾ ਧਰਮ ਤੇ ਫਰਜ਼ ਬਣਦਾ ਕਿ ਅਸੀਂ ਅੱਜ ਪਾਰਟੀ ਦੇ ਨਾਲ ਖਲੋ ਕੇ ਇੱਕ ਇੱਕ ਵੋਟ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਦੇ ਹੱਕ ਭਗਤਾਈਏ। ਬਹੁਤ ਬਹੁਤ ਧੰਨਵਾਦ। ਲੰਮਾ ਸਮਾਂ ਮੈਂ ਨਹੀਂ ਲੈਣਾ ਕਿਉਂਕਿ ਪ੍ਰਧਾਨ ਸਾਹਿਬ ਨੇ, ਚੀਮਾ ਸਾਹਿਬ ਨੇ, ਸਾਰਿਆਂ ਨੇ ਤੁਹਾਡੇ ਨਾਲ ਆਪਣੇ ਵਿਚਾਰ ਰੱਖਣੇ ਆ। ਅੱਜ ਸਵੇਰ ਦੇ 11 ਵਜੇ ਦੇ ਪ੍ਰਧਾਨ ਸਾਹਿਬ ਇੱਥੇ ਬਹਿ ਕੇ ਇਹ ਵੇਖ ਰਹੇ ਵੀ ਸੰਗਤ ਕੁਰਸੀਆਂ 2-3 ਵਾਰ ਦਬਾਉਣੀਆਂ ਪਈਆਂ ਬਾਅਦ ਚ। ਮੈਂ ਸਾਰੀ ਜਥੇਬੰਦੀ ਜਿੰਨੇ ਤੁਸੀਂ ਵਰਕਰ ਆਏ ਹੋ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਖੁਸ਼ਹਾਲਪੁਰ ਸਾਹਿਬ ਦਾ ਧੰਨਵਾਦ। ਹੁਣ ਮੈਂ ਬਹੁਤ ਸਤਿਕਾਰਯੋਗ ਸਾਡੀ ਧਾਰਮਿਕ ਸ਼ਖਸੀਅਤ ਬਾਬਾ ਬੁੱਧ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਸੰਗਤ ਦੇ ਰੂਬਰੂ ਹੋਣ। ਜਕਾਰਾ ਛੱਡੋ, ਬੋਲੇ ਸੋ ਨਿਹਾਲ। ਆਓ ਜੀ ਬਾਬਾ ਜੀ, ਸਤਿਕਾਰਯੋਗ ਬਾਬਾ ਬੁੱਧ ਸਿੰਘ। ਤੇ ਪੰਡਾਲ ਦੇ ਅੰਦਰ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਜਯਾਰੂ ਵਰਕਰੋ ਇੱਕ ਵਾਰੀ ਚੜ੍ਹਦੀ ਕਲਾ ਦੇ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਪਤਾ ਹੈ ਕਿ ਸਾਡੇ ਹਿੰਦੁਸਤਾਨ ਦੇ ਅੰਦਰ ਲੋਕ ਸਭਾ ਦੀ ਇਲੈਕਸ਼ਨ ਹੋਣ ਜਾ ਰਹੀ ਹੈ, ਜਿਹਦੇ ਸਬੰਧ ਦੇ ਵਿੱਚ ਗੁਰਦਾਸਪੁਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਗੁਰਦਾਸਪੁਰ ਦੇ ਜੰਮਪਲ ਬਹੁਤ ਹੀ ਲਾਇਕ ਲੀਡਰ ਇਮਾਨਦਾਰ ਸਰਦਾਰ ਦਲਜੀਤ ਸਿੰਘ ਚੀਮਾ ਨੂੰ ਇਥੋਂ ਕੈਂਡੀਡੇਟ ਬਣਾਇਆ ਹੈ, ਜਿਹਦੇ ਸਬੰਧ ਦੇ ਵਿਚ ਅੱਜ ਡੇਰਾ ਬਾਬਾ ਨਾਨਕ ਹਲਕੇ ਦੇ ਅੰਦਰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਆਪ ਜੀ ਨੂੰ ਵੋਟਾਂ ਲਈ ਬੇਨਤੀ ਕਰਨ ਲਈ ਪਹੁੰਚੇ ਨੇ। ਸਾਧ ਸੰਗਤ ਜੀ, ਮੈਂ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਚਾਹਾਂਗਾ। ਕਈਆਂ ਦੇ ਮਨ ਵਿੱਚ ਕਈ ਵਾਰੀ ਏਦਾਂ ਦਾ ਵਲਵਲਾ ਆ ਜਾਂਦਾ ਹੈ ਕਿ ਜਿਹੜੇ ਧਾਰਮਿਕ ਲੋਕ ਨੇ ਉਹ ਵੀ ਰਾਜਨੀਤਿਕ ਸਟੇਜਾਂ ਦੇ ਉੱਤੇ ਆ ਕੇ ਉਹ ਰਾਜਨੀਤਿਕ ਰੈਲੀਆਂ ਨੂੰ ਸੰਬੋਧਨ ਕਰਦੇ ਨੇ। ਗੁਰੂ ਸਾਹਿਬ ਜੀ ਦਾ ਵਚਨ ਹੈ, ਰਾਜ ਬਿਨਾਂ ਨਹੀਂ ਧਰਮ ਚੱਲੇ ਹੈ, ਧਰਮ ਬਿਨਾਂ ਸਭ ਤਲੇ ਮਲੇ ਹੈ। ਕਿਉਂ ਕਿਸੇ ਕੋ ਰਾਜ ਨਾ ਦੇ ਹੈ, ਜੋ ਲੇ ਹੈ ਨਿਜ ਬਲ ਸੇ ਲੇ ਹੈ। ਇਸ ਕਰਕੇ ਧਰਮ ਦੇ ਫਲਾਹ ਵਾਸਤੇ ਰਾਸੀ ਸ਼ਕਤੀ ਦਾ ਹੋਣਾ ਅਤਿ ਜ਼ਰੂਰੀ ਹੈ। ਤੁਸੀਂ ਵੇਖਿਆ ਪਿਛਲੇ ਸਮੇਂ ਦੇ ਵਿੱਚ ਕਿ ਸਮੇਂ ਦੀ ਜ਼ਾਲਮ ਸਰਕਾਰ ਨੇ 1984 ਵਿੱਚ ਸਿੱਖਾਂ ਦੇ ਜਾਨਾਂ ਤੋਂ ਪਿਆਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉੱਤੇ ਤੋਪਾਂ ਟੈਂਕਾਂ ਦੇ ਨਾਲ ਹਮਲਾ ਕੀਤਾ। 3 ਘੱਲੂਘਾਰੇ ਹੋਏ। ਪਹਿਲਾ ਵੱਡਾ ਘੱਲੂਘਾਰਾ ਸੰਗਰੂਰ ਜ਼ਿਲ੍ਹੇ ਵਿੱਚ ਕੁੱਪਖੀੜਾ ਹੋਇਆ, ਦੂਜਾ ਘੱਲੂਘਾਰਾ ਕਾਨੋਵਾਨ ਦੇ ਛੰਭ ਦੇ ਵਿਚ ਹੋਇਆ ਤੇ ਤੀਜਾ ਘੱਲੂਘਾਰਾ 1984 ਵਿਚ ਕਾਂਗਰਸ ਦੀ ਜ਼ਾਲਮ ਸਰਕਾਰ ਨੇ ਸਿੱਖਾਂ ਦਾ ਅਕਾਲ ਤਖ਼ਤ ਸਾਹਿਬ ਢਾਹਿਆ। ਸੋ ਇਸ ਸਮੇਂ ਦੇ ਵਿਚ ਜਿੱਥੇ ਅਨੇਕਾਂ ਸ਼ਹਾਦਤਾਂ ਹੋਈਆਂ ਉਥੇ ਸਿੱਖਾਂ ਦੇ ਜਾਨਾਂ ਤੋਂ ਪਿਆਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਛਾਲਣੀ ਛਾਲਣੀ ਕਰ ਦਿੱਤਾ। ਅਤੇ ਹੁਣ ਵੀ ਜਿਹੜੀ ਬੀਜੇਪੀ ਦੀ ਸਰਕਾਰ ਸੀਗੀ ਉਹਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਉੱਤੇ ਬੜੇ ਵੱਡੇ ਹਮਲੇ ਕੀਤੇ। ਇਸ ਮੌਕੇ ਦੇ ਉੱਤੇ ਸੱਚਖੰਡ ਹਜ਼ੂਰ ਸਾਹਿਬ ਵਿਖੇ ਇੱਕ ਬੋਰਡ ਸਥਾਪਿਤ ਕਰ ਦਿੱਤਾ ਗਿਆ, ਪਟਨਾ ਸਾਹਿਬ ਵਿਖੇ ਬੋਰਡ ਸਥਾਪਿਤ ਕਰ ਦਿੱਤਾ ਗਿਆ, ਦਿੱਲੀ ਕਮੇਟੀ ਦੇ ਉੱਤੇ ਬੀਜੇਪੀ ਨੇ ਕਬਜ਼ਾ ਕੀਤਾ, ਹਰਿਆਣੇ ਦੀ ਵੱਖਰੀ ਕਮੇਟੀ ਬਣਾ ਦਿੱਤੀ। ਸਾਡੀ ਸਿੱਖਾਂ ਦੀ ਸ਼ਕਤੀ ਨੂੰ ਖੇਰੂ ਖੇਰੂ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਸਿੱਖਾਂ ਦੀਆਂ 3 ਵੱਡੀਆਂ ਸ਼ਕਤੀਆਂ ਨੇ, 3 ਵੱਡੀਆਂ ਸੰਸਥਾਵਾਂ ਨੇ। ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ, ਦੂਸਰੇ ਨੰਬਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਤੀਸਰੇ ਨੰਬਰ ਉੱਤੇ
ਸ਼੍ਰੋਮਣੀ ਅਕਾਲੀ ਦਲ। ਇਸ ਕਰਕੇ ਸਾਨੂੰ ਇਸ ਗੱਲ ਦੀ ਜ਼ਰੂਰਤ ਹੈ ਕਿ ਅਸੀਂ ਆਪਣੀ ਪੰਥਕ ਜਮਾਤ ਦੀ ਪਿੱਠ ਉੱਤੇ ਖੜੇ ਹੋਈਏ, ਕਿਉਂਕਿ ਇਹ ਉਹ ਜਮਾਤ ਹੈ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਮੁਤਾਬਕ ਸਰਬੱਤ ਦੇ ਭਲੇ ਦਾ ਸੰਦੇਸ਼ ਦਿੰਦੀ ਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਲਕਸ਼ ਦੇ ਮੁਤਾਬਕ, ਇਸ ਸਿਧਾਂਤ ਦੇ ਮੁਤਾਬਕ ਆਪਣਾ ਕਦਮ ਪੁੱਟਦੀ ਏ। ਪਿਛਲੇ ਸਮੇਂ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿਚ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਜਿੱਥੇ ਸਿੱਖ ਧਰਮ ਨਾਲ ਸੰਬੰਧਿਤ ਯਾਦਗਾਰਾਂ ਉਸਾਰੀਆਂ, ਉੱਥੇ ਦੂਜੇ ਧਰਮਾਂ ਦੀਆਂ ਯਾਦਗਾਰਾਂ ਉਸਾਰ ਕੇ ਉਹਨਾਂ ਨੂੰ ਵੀ ਬਰਾਬਰ ਸਨਮਾਨ ਦਿੱਤਾ। ਸੋ ਇਸ ਕਰਕੇ ਸਮੇਂ ਦੀ ਜ਼ਰੂਰਤ ਹੈ ਕਿ ਅਸੀਂ ਆਪਣੀ ਪੰਥਕ ਜਮਾਤ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੂੰ ਇੱਕ ਇੱਕ ਵੋਟ ਵਕਤਾਈਏ, ਤਾਂ ਕਿ ਉਹ ਪਾਰਲੀਮੈਂਟ ਵਿਚ ਜਾ ਕੇ ਜਿੱਥੇ ਗੁਰਦਾਸਪੁਰ ਜ਼ਿਲ੍ਹੇ ਦੇ ਵਿਕਾਸ ਦੀ ਗੱਲ ਕਰਨ, ਡਿਵੈਲਪਮੈਂਟ ਦੀ ਗੱਲ ਕਰਨ, ਉੱਥੇ ਜਿਹੜੀਆਂ ਪੰਥ ਨੂੰ ਦਰਪੇਸ਼ ਮੁਸ਼ਕਲਾਂ ਨੇ ਉਹਦੇ ਹੱਲ ਦੇ ਲਈ ਵੀ ਪਾਰਲੀਮੈਂਟ ਵਿਚ ਆਵਾਜ਼ ਚੁੱਕਣ। ਸਮੇਂ ਤੋਂ ਲਟਕ ਰਿਹਾ ਏ, ਜਿਵੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਵੱਖ ਵੱਖ ਕਾਨੂੰਨ ਬਣਾਏ ਜਾ ਰਹੇ ਆ, ਸੋ ਤਦ ਕਰਕੇ ਇਹ ਸਾਰਾ ਕੁਝ ਸੰਭਵ ਹੋ ਸਕਦਾ ਏ ਜੇ ਅਸੀਂ ਆਪਣੇ ਕੈਂਡੀਡੇਟ ਜਿਤਾ ਕੇ ਪਾਰਲੀਮੈਂਟ ਦੇ ਵਿਚ ਭੇਜੀਏ, ਜਿੱਥੇ ਉਹ ਡਿਵੈਲਪਮੈਂਟ ਦੀ ਗੱਲ ਕਰਨ, ਉੱਥੇ ਪੰਥ ਦੇ ਬੋਲਬਾਲੇ ਦੀ ਗੱਲ ਕਰਨ। ਇਸ ਕਰਕੇ ਮੈਂ ਚੀਮਾ ਸਾਹਿਬ ਨੂੰ ਤੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸਤਿਕਾਰਯੋਗ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੂੰ ਇਹ ਵਿਸ਼ਵਾਸ ਦਵਾਉਂਦਾ ਹਾਂ ਕਿ ਸੰਪਰਦਾਇ ਨਿੱਕੇ ਘੁੰਮਣ, ਹਮੇਸ਼ਾ ਪੰਥ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੀ ਰਹੀਏ, ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਲਦੀ ਰਹੀਏ ਤੇ ਇਸ ਵਾਰੀ ਵੀ ਇੱਕ ਇੱਕ ਵੋਟ ਜਿਹੜੀ ਏ ਉਹ ਤੱਕੜੀ ਚੋਣ ਨਿਸ਼ਾਨ ਉੱਤੇ ਭਗਤਾ ਕੇ ਸਰਦਾਰ ਦਲਜੀਤ ਸਿੰਘ ਚੀਮਾ ਨੂੰ ਵੱਡੀ ਲੀਡ ਦੇ ਨਾਲ ਜਿਤਾ ਕੇ ਪਾਰਲੀਮੈਂਟ ਦੇ ਵਿਚ ਭੇਜਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਬਾਬਾ ਬੋਧ ਸਿੰਘ ਜੀ ਨੇ ਹਾਜ਼ਰੀ ਲਵਾਈ ਹੈ ਸੰਗਤ ਚ, ਸੂਬੇਦਾਰ ਹਰਬੰਸ ਸਿੰਘ ਜੀ ਬੁੱਲੇਵਾਲ ਵਾਲੇ ਪੀਰ ਮਣੇ ਤੋਂ ਸਰਪੰਚ ਸਾਡਾ ਆਇਆ ਬੁੱਲੇਵਾਲ ਸਾਹਿਬ ਦੀ ਸਾਰੀ ਸੰਗਤ ਦਾ, ਕੋਟਲਾ ਚਾਲ ਤੋਂ ਸੁਖਦੇਵ ਸਿੰਘ ਕੋਟਲਾ ਖੁਰਦ ਤੋਂ ਪਹੁੰਚੇ ਆ, ਉਹਨਾਂ ਦਾ ਵੀ ਧੰਨਵਾਦ। ਹੁਣ ਮੈਂ ਲੋਧੀ ਨਗਰ ਸਾਹਿਬ ਨੂੰ 2 ਮਿੰਟ ਵਾਸਤੇ ਸਿਰਫ ਬੇਨਤੀ ਕਰਦਾ। ਹੁਣ ਮੈਂ ਸਤਿਕਾਰਯੋਗ ਇਸ ਲੋਕ ਸਭਾ ਹਲਕੇ ਦੇ ਜਿਹੜੇ ਉਮੀਦਵਾਰ ਬੇਦਾਗ ਤੇ ਇਮਾਨਦਾਰ ਸ਼ਖਸੀਅਤ ਡਾਕਟਰ ਦਲਜੀਤ ਸਿੰਘ ਜੀ ਚੀਮਾ ਸਾਹਿਬ ਨੂੰ ਬੇਨਤੀ ਕਰਦਾ ਕਿ ਆਹ ਜਿਹੜੀ ਸੰਗਤ ਦਾ ਪਿਆਰ ਚੀਮਾ ਸਾਹਿਬ ਤੁਹਾਨੂੰ ਮਿਲ ਰਿਹਾ, ਇਹ ਸੰਗਤ ਦਾ ਦੇਣ ਨਹੀਂ ਦਿੱਤਾ ਜਾ ਸਕਦਾ। ਜਦੋਂ ਜਰਨੈਲ ਅਗਲਾ ਛੱਡ ਕੇ ਭੱਜ ਗਿਆ ਪਰ ਸਿਰ ਝੁਕਦਾ ਇਹਨਾਂ ਲੋਕਾਂ ਅੱਗੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨਾਲ ਚਟਾਨ ਵਾਂਗ ਖੜੇ ਆ। ਸੋ ਮੈਂ 2 ਚਕਾਰੇ ਛੱਡਣੇ ਆ, ਸਾਰੇ ਪੰਡਾਲ ਦੀ ਸੰਗਤ ਨੇ ਹੱਥ ਖੜੇ ਕਰਕੇ ਚਕਾਰੇ ਲਾਉਣੇ ਆ, ਬਲੇ ਨਿਹਾਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਸਰਦਾਰ ਦਲਜੀਤ ਸਿੰਘ ਜੀ ਚੀਮਾ, ਬਲੇ ਨਿਹਾਲ। ਆਓ ਜੀ ਚੀਮਾ ਸਾਹਿਬ। ਬਹੁਤ ਹੀ ਸਤਿਕਾਰਯੋਗ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ
ਸਰਦਾਰ ਸਤਬੀਰ ਸਿੰਘ ਜੀ ਬਾਦਲ ਸਾਹਿਬ ਮੇਰੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਬੁੱਧ ਸਿੰਘ ਜੀ ਨਿੱਕੇ ਘੁੰਮਣਾ ਵਾਲੇ ਮੇਰੇ ਸਤਿਕਾਰਯੋਗ ਵੱਡੇ ਵੀਰ ਪਾਰਟੀ ਦੇ ਕੋਰ ਕਮੇਟੀ ਦੇ ਮੈਂਬਰ ਸਰਦਾਰ ਲਖਬੀਰ ਸਿੰਘ ਜੀ ਲੋਧੀ ਨੰਗਲ ਸਾਹਿਬ ਮੇਰੇ ਬਹੁਤ ਹੀ ਸਤਿਕਾਰਯੋਗ ਪਾਰਟੀ ਦੇ ਟਕਸਾਲੀ ਆਗੂ ਸਰਦਾਰ ਅਮਰੀਕ ਸਿੰਘ ਜੀ ਖਲੀਲਪੁਰ ਸਾਹਿਬ ਜ਼ਿਲ੍ਹੇ ਦੇ ਸਾਡੇ ਸਤਿਕਾਰਯੋਗ ਪ੍ਰਧਾਨ ਸਾਹਿਬ ਸਰਦਾਰ ਰਮਨਦੀਪ ਸਿੰਘ ਜੀ ਸੰਧੂ ਸਾਹਿਬ ਮੇਰੇ ਪੁਰਾਣੇ ਸਾਥੀ ਸਰਦਾਰ ਗੁਰਪ੍ਰਤਾਪ ਸਿੰਘ ਜੀ ਖੁਸ਼ਹਾਲਪੁਰ ਸਾਹਿਬ ਸਾਡੇ ਇੱਥੇ ਹਾਜ਼ਰ ਸਰਕਲ ਪ੍ਰਧਾਨ ਸਾਹਿਬਾਨ ਬੈਰੋਕੇ ਸਾਹਿਬ ਹਰੂਵਾਲ ਸਾਹਿਬ ਮੰਮਣ ਸਾਹਿਬ ਸੁਲੇਮਾਨ ਮਸੀਹ ਜੀ ਭੋਜਰਾਜ ਜੀ ਸਰਦਾਰ ਗੁਰਮੁਖ ਸਿੰਘ ਜੀ ਡੀ ਸੀ ਸਾਹਿਬ ਕਲਾਨੌਰ ਦੇ ਸਾਡੇ ਸਤਿਕਾਰਯੋਗ ਸਰਪੰਚ ਸਾਹਿਬ ਪੱਡਾ ਸਾਹਿਬ ਪ੍ਰਧਾਨ ਸਾਹਿਬ ਹਰਜੀਤ ਸਿੰਘ ਜੀ ਬੌੜ ਸਾਹਿਬ ਮਿੰਟਾ ਜੀ ਸਰਦਾਰ ਜਸਬੀਰ ਸਿੰਘ ਜੀ ਘੁੰਮਣ ਸਾਹਿਬ ਭਾਜੀ ਖਾਸਾਵਾਲੀ ਸਾਹਿਬ ਢਿੱਲੋਂ ਸਾਹਿਬ ਖਹਿਰਾ ਸਾਹਿਬ ਸਰਦਾਰ ਮਜਾਲ ਸਿੰਘ ਜੀ ਸਾਡੇ ਸਤਿਕਾਰਯੋਗ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਬਲਜਿੰਦਰ ਕੌਰ ਜੀ ਸਰਦਾਰ ਸਤਬੀਰ ਸਿੰਘ ਬਿੱਟੂ ਜੀ ਬਾਬਾ ਅਮਰੀਕ ਸਿੰਘ ਜੀ ਕਾਰ ਸਾਹਿਬ ਨਿੱਕਾ ਘੁੰਮਣੇ ਵਾਲੋਂ ਵੀ ਉਹਨਾਂ ਦੇ ਸਾਥੀ ਪਹੁੰਚੇ ਨੇ ਸਰਦਾਰ ਗੁਰਬਚਨ ਸਿੰਘ ਜੀ ਪਵਾਰ ਸਾਹਿਬ ਤੇ ਇਸ ਹਲਕੇ ਦੇ ਕੋਨੇ ਕੋਨੇ ਤੋਂ ਆਏ ਸਾਰੇ ਸਤਿਕਾਰਯੋਗ ਬਜ਼ੁਰਗੋ ਭਰਾਓ ਨੌਜਵਾਨੋ ਭੈਣੋ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਸ਼ ਤੇ ਤੁਹਾਡਾ ਕਮਾਲ ਦਾ ਪਰ ਫਤਿਹ ਥੋੜੀ ਜਿਹੀ ਢਿੱਲੀ ਹੈ ਇੱਕ ਵਾਰੀ ਗੱਜ ਵੱਜ ਕੇ ਫਤਿਹ ਬੁਲਾਓ ਕਿ ਜਿਹੜਾ ਕੋਈ ਆਗੂ ਕਿਸੇ ਹੋਰ ਪਾਰਟੀ ਚ ਵੀ ਜਾ ਕੇ ਬੈਠਾ ਹੋਵੇ ਉਹਨੂੰ ਵੀ ਸੁਣ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੇਰੇ ਕੋਲ ਕੋਈ ਸ਼ਬਦ ਨਹੀਂ ਜਿਹਦੇ ਨਾਲ ਮੈਂ ਪਹਿਲਾਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦਾ ਧੰਨਵਾਦ ਕਰਾਂ ਕਿ ਜਿਨ੍ਹਾਂ ਨੇ ਇੰਨੇ ਰੁਝੇਵਿਆਂ ਦੇ ਬਾਵਜੂਦ ਲਗਾਤਾਰ ਦੋ ਦਿਨ ਜਿਹੜੇ ਆ ਉਹ ਗੁਰਦਾਸਪੁਰ ਲੋਕ ਸਭਾ ਹਲਕੇ ਵਾਸਤੇ ਖਾਸ ਤੌਰ ਤੇ ਮੇਰੇ ਵਾਸਤੇ ਦਿੱਤੇ ਆ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕੱਲ ਵੀ ਚਾਰ ਰੈਲੀਆਂ ਹੋਈਆਂ ਔਰ ਅੱਜ ਵੀ ਸਵੇਰ ਦੀ ਇਹ ਤੀਜੀ ਰੈਲੀ ਆ ਪਰ ਡੇਰਾ ਬਾਬਾ ਨਾਨਕ ਵਾਲਿਓ ਮੈਂ ਤੁਹਾਡਾ ਧੰਨਵਾਦ ਕਰਦਾ ਕੋਈ ਸ਼ਬਦ ਨਹੀਂ ਜਿਹਦੇ ਨਾਲ ਤੁਹਾਡਾ ਧੰਨਵਾਦ ਕੀਤਾ ਜਾਵੇ ਕਿ ਇੰਨੀ ਗਰਮੀ ਦੇ ਵਿੱਚ ਜਿੱਡਾ ਵੱਡਾ ਤੁਸੀਂ ਇਕੱਠ ਕੀਤਾ ਤੁਸੀਂ ਦੱਸ ਦਿੱਤਾ ਕਿ ਇਹ ਜਿਹੜੀ ਬਾਬੇ ਨਾਨਕ ਦੀ ਡੇਰਾ ਬਾਬਾ ਨਾਨਕ ਦੀ ਧਰਤੀ ਆ ਇਹ ਸ਼੍ਰੋਮਣੀ ਅਕਾਲੀ ਦਲ ਦਾ ਕਿਲਾ ਸੀ ਤੇ ਅੱਜ ਵੀ ਉਸੇ ਤਰ੍ਹਾਂ ਕਿਲਾ ਕਾਇਮ ਹੈ ਪ੍ਰਧਾਨ ਸਾਹਿਬ ਤੁਹਾਨੂੰ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਜ਼ਿਲ੍ਹਿਆਂ ਦੇ ਉੱਤੇ ਹਮੇਸ਼ਾ ਮਾਣ ਹੁੰਦਾ ਪਰ ਜਿੰਨਾ ਮਾਣ ਤੁਹਾਨੂੰ ਡੇਰਾ ਬਾਬਾ ਨਾਨਕ ਹਲਕੇ ਦੀ ਸਾਰੀ ਅਕਾਲੀ ਲੀਡਰਸ਼ਿਪ ਤੇ ਹੋਣਾ ਚਾਹੀਦਾ
ਔਰ ਇਹਨਾਂ ਸਾਰੇ ਪਾਰਟੀ ਦੇ ਜਰਨੈਲਾਂ ਤੇ ਹੋਣਾ ਚਾਹੀਦਾ ਕਿ ਭਾਵੇਂ ਸਾਡੇ ਇੱਕ ਸਾਥੀ ਨੇ ਅੱਧ ਵਿਚਾਲੇ ਧੋਖਾ ਦੇ ਕੇ ਪਾਰਟੀ ਦਾ ਵੱਡਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਆ ਜਿੰਨੀ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਕਰੀਮ ਬੈਠੀ ਆ, ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਇਹਨਾਂ ਦੇ ਵਿੱਚੋਂ ਇੱਕ ਵੀ ਸਾਥੀ, ਗਿਣਤੀ ਦਾ ਇੱਕ ਮੈਂ ਕਹਿ ਰਿਹਾ ਕਿ ਇੱਕ ਵੀ ਸਾਥੀ ਨੇ ਉਸ ਰਵੀਕਰਨ ਸਿੰਘ ਕਾਲੋਂ ਦਾ ਸਾਥ ਨਹੀਂ ਦਿੱਤਾ, ਸਾਰੇ ਡਟ ਕੇ ਅੱਜ ਵੀ ਪਾਰਟੀ ਦੇ ਨਾਲ ਖੜੇ ਆ। ਇਸ ਲਈ ਪ੍ਰਧਾਨ ਸਾਹਿਬ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਤੁਹਾਡੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਆ, ਲੇਕਿਨ ਜਿਸ ਤਰੀਕੇ ਇਹਨਾਂ ਸਾਰਿਆਂ ਨੇ ਜ਼ਿੰਮੇਵਾਰੀ ਆਪਣੀ ਨਿਭਾਈ ਹੈ ਉਹਦੇ ਵਾਸਤੇ ਮੇਰਾ ਸਿਰ ਜਿਹੜਾ ਤੁਹਾਡੇ ਕਦਮਾਂ ਦੇ ਉੱਤੇ ਝੁਕਦਾ। ਪਰ ਪ੍ਰਧਾਨ ਸਾਹਿਬ ਇੱਕ ਮੈਂ ਇਹਨਾਂ ਵੱਲੋਂ ਤੁਹਾਡੇ ਕੋਲੋਂ ਭਰੋਸਾ ਲੈਣਾ, ਦੇਖੋ ਇਹਨਾਂ ਨੇ ਪੂਰਾ ਭਰੋਸਾ ਤੁਹਾਡੀ ਲੀਡਰਸ਼ਿਪ ਚ ਦਿੱਤਾ, ਹੁਣ ਇਲੈਕਸ਼ਨ ਤੋਂ ਬਾਅਦ ਜਿਹੜਾ ਵੀ ਤੁਸੀਂ ਕੋਈ ਫੈਸਲਾ ਲੈਣਾ ਇਹ ਸਾਰੀ ਸਾਡੀ ਕਰੀਮ ਬੈਠੀ ਹੈ ਤੁਹਾਡੇ ਕੋਲੋਂ ਖੁੱਲਾ ਸਮਾਂ ਲਵਾਂਗੇ, ਸਾਰਿਆਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਜੋ ਸਾਰਿਆਂ ਦੀ ਸਹਿਮਤੀ ਹੋਏਗੀ ਉਹ ਫੈਸਲਾ ਤੁਸੀਂ ਕਰਨਾ, ਇਹ ਅਸੀਂ ਅੱਜ ਤੁਹਾਡੇ ਕੋਲੋਂ ਵਚਨ ਲੈਣਾ। ਔਰ ਭਰਾਓ ਹੁਣ ਤੁਹਾਨੂੰ ਬੇਨਤੀ ਹੈ ਕਿਉਂਕਿ ਮੁੱਖ ਤੌਰ ਦੇ ਉੱਤੇ ਤੇ ਪ੍ਰਧਾਨ ਸਾਹਿਬ ਸੰਬੋਧਨ ਕਰਨਗੇ, ਮੇਰੀ ਤੁਹਾਨੂੰ ਬੇਨਤੀ ਹੈ ਕਿ ਥੋੜੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਸਾਰੇ ਮੇਰੇ ਸਰਕਲ ਪ੍ਰਧਾਨ ਸਾਹਿਬਾਨ ਔਰ ਪਾਰਟੀ ਦੀ ਜਿਹੜੀ ਸੀਨੀਅਰ ਕਰੀਮ ਹੈ ਸਾਡੀ ਉਹ ਇੱਥੇ ਬੈਠੀ ਹੈ, ਅਸੀਂ ਕੋਸ਼ਿਸ਼ ਕੀਤੀ ਹੈ ਕਿ ਥੋੜੇ ਸਮੇਂ ਦੇ ਵਿੱਚ ਜਿੰਨੇ ਪਿੰਡ ਅਸੀਂ ਕਵਰ ਕਰ ਸਕੀਏ ਓਨੇ ਅਸੀਂ ਕਵਰ ਕੀਤੇ ਆ, ਪਰ ਹਰ ਥਾਂ ਦੇ ਉੱਤੇ ਪਹੁੰਚ ਸਕਣਾ ਮੁਸ਼ਕਲ ਹੈ। ਇਸ ਲਈ ਮੈਂ ਤੁਹਾਨੂੰ ਬੇਨਤੀ ਕਰਨਾ ਕਿ ਹੁਣ ਹਰ ਇੱਕ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਆਪ ਬਣਨਾ ਪੈਣਾ, ਪ੍ਰਧਾਨ ਸਾਹਿਬ ਹੁਣ ਬੇਨਤੀ ਕਰਕੇ ਜਾਣਗੇ, ਅੱਜ ਤੋਂ ਬਾਅਦ ਜਿਹੜੇ 4-5 ਦਿਨ ਰਹਿ ਗਏ ਆ ਕੱਲੇ ਕੱਲੇ ਨੇ ਹਰ ਪਿੰਡ ਦੇ ਵਿੱਚ ਡੋਰ ਟੂ ਡੋਰ ਜਾ ਕੇ ਆਪੋ ਆਪਣਾ ਬੂਥ ਜਿਹੜਾ ਉਹ ਤੁਸੀਂ ਸਾਂਭਣਾ, ਜੇ ਆਪਾਂ ਆਪਣੋ ਆਪਣਾ ਬੂਥ ਜਿੱਤ ਲਿਆ ਤੇ ਮੈਂ ਅੱਜ ਦਾਅਵੇ ਨਾਲ ਕਹਿ ਸਕਦਾ ਜੋ ਮਾਹੌਲ ਮੈਂ ਦੇਖ ਕੇ ਆਇਆ ਪ੍ਰਧਾਨ ਸਾਹਿਬ ਤੁਹਾਨੂੰ ਆਪ ਦੱਸਣਗੇ, ਜੋ ਕੁਝ ਪਠਾਨਕੋਟ ਦੇ ਵਿੱਚ ਚਾਹਿਆ ਅੱਜ, ਜੋ ਕੁਝ ਸੁਜਾਨਪੁਰ ਦੇ ਵਿੱਚ ਚਾਹਿਆ ਲੋਕਾਂ ਨੂੰ, ਜੋ ਕੁਝ ਭੋਆ ਔਰ ਦੀਨਾ ਨਗਰ ਦੇ ਵਿੱਚ ਮਾਹੌਲ ਹੈ ਉਹਦੇ ਮੁਤਾਬਕ ਇਸ ਪਾਰਲੀਮੈਂਟ ਦੇ ਵਿੱਚੋਂ ਤੁਸੀਂ ਵੱਡੀ ਸ਼ਾਨ ਦੇ ਨਾਲ ਜ਼ਰੂਰ ਜਿੱਤੋਗੇ। ਪਰ ਸਿਰਫ ਇੰਨੀ ਬੇਨਤੀ ਹੈ ਕਿ ਆਹ ਜਿਹੜੇ ਹੁਣ ਦਿਨ ਹੈ ਇਹ ਪਹਿਰਾ ਲਾਉਣ ਦਿਆ। ਇੱਕ ਗੱਲ ਕਹਿ ਕੇ ਮੈਂ ਸਮਾਪਤੀ ਕਰਨੀ ਹੈ, ਮੈਨੂੰ ਬੜਾ ਇਸ ਗੱਲ ਦਾ ਅਫਸੋਸ ਹੈ ਕਿ ਇਸ ਇਲਾਕੇ ਤੋਂ ਹੀ ਮੇਰੇ ਖਿਲਾਫ਼ ਜਿਹੜੇ ਕੈਂਡੀਡੇਟ ਖੜੇ ਆ ਸੁਖਜਿੰਦਰ ਸਿੰਘ ਰੰਧਾਵਾ, ਇੱਕ ਇਤਿਹਾਸ ਤਾਂ ਇਹ ਸਾਰੇ ਜਾਣਦੇ ਆ, ਮੈਨੂੰ ਦੱਸਣ ਦੀ ਲੋੜ ਨਹੀਂ ਕਿ 1 ਜੂਨ ਦਾ ਦਿਨ ਹੈ ਔਰ ਇਸ ਪਰਿਵਾਰ ਨੇ ਇੰਦਰਾ ਗਾਂਧੀ ਦਾ ਉਸ ਵੇਲੇ ਧੰਨਵਾਦ ਕੀਤਾ ਸੀ ਜਦੋਂ ਉਹਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਸੀ, ਉਹ ਤਾਂ ਮੈਨੂੰ ਦੱਸਣ ਦੀ ਲੋੜ ਨਹੀਂ, ਇਹ ਸਾਰੇ ਚੰਗੀ ਤਰ੍ਹਾਂ ਜਾਣਦੇ ਆ। ਪਰ ਜੋ ਉਹ ਸੱਜਣ ਦੀ ਬੋਲਬਾਣੀ ਹੈ ਔਰ ਇੱਕ ਆਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹਨੇ ਮਸੀਹ ਭਾਈਚਾਰੇ ਦੀਆਂ ਧੀਆਂ ਭੈਣਾਂ ਦੇ ਬਾਰੇ ਚ ਇੰਨਾ ਗੰਦ ਕਿਹਾ
ਕਿ ਜਿਹੜਾ ਸਟੇਜ ਦੇ ਉੱਤੋਂ ਦੁਹਰਾਇਆ ਨਹੀਂ ਜਾ ਸਕਦਾ। ਮੈਂ ਸਮਝਦਾ ਕਿ ਉਹਦੀ ਸੱਤਾ ਦਾ ਹੰਕਾਰ ਹੈ ਕਿ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਰਹਿ ਕੇ ਵੀ ਅਗਰ ਉਹਨੂੰ ਇਹ ਨਹੀਂ ਪਤਾ ਕਿ ਧੀਆਂ ਭੈਣਾਂ ਦੀ ਇੱਜ਼ਤ ਕਿਸ ਤਰ੍ਹਾਂ ਕਰੀਦੀ ਹੈ, ਤੇ ਇਸ ਤਰ੍ਹਾਂ ਦੇ ਬੰਦੇ ਨੂੰ ਪਾਰਲੀਮੈਂਟ ਵਿੱਚ ਜਾਣ ਦਾ ਕੋਈ ਹੱਕ ਨਹੀਂ। ਮੈਂ ਤਾਂ ਸਮਝਦਾ ਉਹਨੂੰ ਅਸੈਂਬਲੀ ਵਿੱਚ ਜਾਣ ਦਾ ਵੀ ਕੋਈ ਹੱਕ ਨਹੀਂ ਸੀ, ਪਰ ਕਿਸੇ ਤਰੀਕੇ ਚਲਾ ਗਿਆ। ਇਸ ਕਰਕੇ ਜੋ ਕੁਛ ਉਹਨੇ ਮਸੀਹ ਭਾਈਚਾਰੇ ਦੀਆਂ ਬੇਟੀਆਂ ਬਾਰੇ ਬੀਬੀਆਂ ਬਾਰੇ ਕਿਹਾ, ਇਹ ਹੁਣ ਆਪਣੇ ਸਾਰਿਆਂ ਦੀ ਜ਼ਿੰਮੇਵਾਰੀ ਹੈ, ਕਿਉਂਕਿ ਧੀਆਂ ਭੈਣਾਂ ਸਾਰਿਆਂ ਦੀਆਂ ਸਾਂਝੀਆਂ। ਮਸੀਹ ਭਾਈਚਾਰਾ ਵੱਡੀ ਗਿਣਤੀ ਦੇ ਵਿੱਚ ਇੱਥੇ ਹਾਜ਼ਰ ਹੈ। ਇਹ ਸੱਜਣ ਨੂੰ 1 ਤਰੀਕ ਨੂੰ ਇਸ ਤਰ੍ਹਾਂ ਵੋਟਾਂ ਪਾ ਕੇ ਇਹਦੇ ਖਿਲਾਫ ਸਜ਼ਾ ਦੇਣੀ ਹੈ ਕਿ ਆਉਣ ਵਾਲੀ ਜ਼ਿੰਦਗੀ ਤੱਕ ਇਹਦੀ ਜ਼ਬਾਨ ਜਿਹੜੀ ਬੋਲਣ ਦਾ ਇਹਦਾ ਤਰੀਕਾ ਘੱਟੋ ਘੱਟ ਉਹ ਸੁਧਰ ਜਾਵੇ। ਇਸੇ ਤਰ੍ਹਾਂ ਹੀ ਇੱਕ ਹੋਰ ਬਹੁਤ ਵੱਡਾ ਪਾਪ ਆਮ ਆਦਮੀ ਪਾਰਟੀ ਦਾ ਜਿਹੜਾ ਇੱਥੋਂ ਕੈਂਡੀਡੇਟ ਖੜਾ ਸ਼ਹਿਰੀ ਕਲਸੀ, ਉਹਨੇ ਤੇ ਭਗਵੰਤ ਮਾਨ ਤੇ ਕੇਜਰੀਵਾਲ ਨੇ ਕੀਤਾ। ਉਹਨਾਂ ਨੇ ਪ੍ਰਭੂ ਯਸੂ ਦੀ ਫੋਟੋ ਲਾ ਕੇ ਤੇ ਉਹਦੇ ਬਰਾਬਰ ਕੇਜਰੀਵਾਲ ਦੀ ਫੋਟੋ ਲਾਈ, ਉਹਦੇ ਬਰਾਬਰ ਭਗਵੰਤ ਮਾਨ ਦੀ ਫੋਟੋ ਲਾਈ ਤੇ ਉਹਦੇ ਬਰਾਬਰ ਹੀ ਸ਼ਹਿਰੀ ਕਲਸੀ ਦੀ ਫੋਟੋ ਲਾਈ ਤੇ ਕੈਲੰਡਰ ਬਣਾ ਕੇ ਵੋਟਾਂ ਲੈਣ ਦੀ ਖਾਤਰ ਸਾਰੇ ਮਸੀਹ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ। ਉਹਨਾਂ ਨੇ ਸ਼ਿਕਾਇਤ ਵੀ ਕੀਤੀ ਹੈ, ਅਸੀਂ ਵੀ ਸ਼ਿਕਾਇਤ ਕੀਤੀ ਹੈ। ਕਮਿਸ਼ਨ ਆਸ ਕਰਦੇ ਆ ਕਿ ਉਹਨਾਂ ਨੂੰ ਸਜ਼ਾ ਦੇਵੇਗਾ, ਪਰ ਪੈਗੰਬਰਾਂ ਦਾ ਇਸ ਤਰੀਕੇ ਅਪਮਾਨ ਕਰਨਾ ਇਹ ਵੀ ਕਦੀ ਕਿਸੇ ਤਰੀਕੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਹਦੇ ਵਾਸਤੇ ਵੀ ਆਪਾਂ ਤਗੜੀ ਸਜ਼ਾ ਜਿਹੜੀ ਹੈ ਆਮ ਆਦਮੀ ਪਾਰਟੀ ਨੂੰ 1 ਤਰੀਕ ਇਹਨਾਂ ਦੇ ਖਿਲਾਫ਼ ਵੋਟਾਂ ਪਾ ਕੇ ਦੇਣੀ ਹੈ। ਸੋ ਮੈਂ ਜ਼ਿਆਦਾ ਤੁਹਾਡਾ ਸਮਾਂ ਨਾ ਲਵਾਂ। ਇੱਕ ਗੱਲ ਪ੍ਰਧਾਨ ਸਾਹਿਬ ਇੱਥੇ ਬੜੀ ਮਸ਼ਹੂਰ ਹੈ ਕਿ ਜਿੰਨੇ ਪਰਚੇ ਇਸ ਇਨਸਾਨ ਨੇ ਸਾਡੇ ਵਰਕਰਾਂ ਦੇ ਉੱਤੇ ਕੀਤੇ ਆ, ਜਿੰਨੀ ਜਾਤੀ ਇਸ ਇਨਸਾਨ ਨੇ ਸਾਡੇ ਆਗੂਆਂ ਦੇ ਖਿਲਾਫ ਕੀਤੀ ਆ, ਕੋਈ ਪਿੰਡ ਨਹੀਂ ਹੋਣਾ ਜਿੱਥੇ ਜਾ ਕੇ ਇਹਨੇ ਸਾਡੇ ਵਰਕਰਾਂ ਦੇ ਨਾਲ ਜਾਤੀ ਨਹੀਂ ਕੀਤੀ। ਅੱਜ ਵੀ ਕਈ ਮਸੀਹ ਭਾਈਚਾਰੇ ਦੇ ਵਰਕਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਇਹਨਾਂ ਵੱਲੋਂ ਵੀ ਔਰ ਨਾਲ ਦੀ ਨਾਲ ਆਮ ਆਦਮੀ ਪਾਰਟੀ ਵਾਲਿਆਂ ਵੱਲੋਂ। ਆਮ ਆਦਮੀ ਪਾਰਟੀ ਵਾਲਾ ਤੇ ਇੱਕ ਮੈਨੂੰ ਨਾਂ ਨੀ ਉਹਦਾ ਪਤਾ, ਉਹ ਤੇ ਇੱਕ ਦਿਨ ਗਿੱਦੜ ਭਪਕੀਆਂ ਦੇ ਰਿਹਾ ਸੀ ਕਿ ਅਸੀਂ ਬੂਥ ਨੀ ਲੱਗਣ ਦੇਣੇ। ਚਲੋ ਉਹ ਤੇ ਹੁਣ ਆਪਾਂ 1 ਤਰੀਕ ਨੂੰ ਦੱਸ ਦਿਆਂਗੇ ਕਿ ਉਹਦੇ ਪਿੰਡ ਦਾ ਬੂਥ ਪਹਿਲਾਂ ਕਿੰਨਾ ਤਗੜਾ ਲੱਗਦਾ। ਲੇਕਿਨ ਮੈਂ ਮਸੀਹ ਭਾਈਚਾਰੇ ਤੇ ਬਾਕੀ ਆਗੂ ਜਿਨ੍ਹਾਂ ਨੂੰ ਧਮਕੀਆਂ ਮਿਲੀਆਂ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਜਰਾ ਵੀ ਡਰਨ ਦੀ ਲੋੜ ਨਹੀਂ। ਆਹ ਦੇਖੋ ਸਾਰਾ ਸ਼੍ਰੋਮਣੀ ਅਕਾਲੀ ਦਲ ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬੈਠੇ ਆ, ਇਹ ਸਾਰੇ ਤੁਹਾਡੇ ਨਾਲ ਚਟਾਨ ਵਾਂਗੂ ਖੜੇ ਆ। ਕਿਸੇ ਦਾ ਵੀ ਵਾਲ ਨਹੀਂ ਵਿੰਗਾ ਹੋਣ ਦਿੱਤਾ ਜਾਏਗਾ। ਮੈਂ ਪ੍ਰਧਾਨ ਸਾਹਿਬ ਨੂੰ ਵੀ ਗੱਡੀ ਦੇ ਵਿੱਚ ਤਫਸੀਲ ਸਾਰੀ ਦੱਸੀ ਆ। ਇਸ ਕਰਕੇ ਤਗੜੇ ਹੋ ਜਾਓ, ਇਹ ਸਰਕਾਰਾਂ ਤਾਂ ਹੌਲੀ ਹੌਲੀ ਅੱਗੇ ਵਧਦੀਆਂ ਜਾਂਦੀਆਂ, ਪਹਿਲਾਂ ਵਰਕਰਾਂ ਤੇ ਪਰਚੇ, ਫਿਰ ਆਗੂਆਂ ਤੇ ਪਰਚੇ, ਹੁਣ ਮੀਡੀਆ ਦੀ ਆਵਾਜ਼ ਦਬਾਉਣ ਵਾਸਤੇ ਅਖਬਾਰਾਂ ਦੇ ਐਡੀਟਰਾਂ ਤੇ ਪਰਚੇ। ਸਰਦਾਰ ਬਲਜਿੰਦਰ ਸਿੰਘ ਹਮਦਰਦ ਦੇ ਉੱਤੇ ਵੀ ਜਿਹੜਾ ਝੂਠਾ ਕੇਸ ਇਹਨਾਂ ਨੇ ਦਰਜ ਕੀਤਾ, ਇਹ ਵੀ ਮੈਂ ਸਮਝਦਾ ਕਿ ਪੰਜਾਬ ਤੇ ਪੰਜਾਬੀ ਤੇ ਪੰਜਾਬੀਅਤ ਤੇ ਵੱਡਾ ਹਮਲਾ, ਪ੍ਰੈਸ ਦੀ ਆਜ਼ਾਦੀ ਦੇ ਉੱਤੇ ਵੱਡਾ ਹਮਲਾ। ਆਪਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਵਿਰੋਧ ਵੀ ਕਰਨਾ ਔਰ 1 ਤਰੀਕ ਨੂੰ ਇਹਨਾਂ ਦੇ ਖਿਲਾਫ਼ ਵੋਟ ਪਾ ਕੇ
ਇਹਨਾਂ ਸਾਰਿਆਂ ਨੂੰ ਆਪਣੀ ਅਸਲੀਅਤ ਦੱਸਣੀ ਹੈ। ਮੈਂ ਇੱਕ ਜਕਾਰਾ ਲਾਵਾਂਗਾ ਸਾਰਿਆਂ ਨੇ ਦੋਵੇਂ ਹੱਥ ਖੜੇ ਕਰਕੇ ਤੇ ਪ੍ਰਧਾਨ ਸਾਹਿਬ ਨੂੰ ਆਪਾਂ ਵਿਸ਼ਵਾਸ ਦੇਣਾ ਕਿਉਂਕਿ ਸਾਡੇ ਹਲਕਾ ਇੰਚਾਰਜ ਤਾਂ ਅੱਜ ਦੀ ਡੇਟ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਹੀ ਨੇ। ਬੋਲੇ ਸੋ ਨਿਹਾਲ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੀਮਾ ਸਾਹਿਬ ਨੇ ਵਿਸਤਾਰ ਨਾਲ ਸਾਰੀ ਗੱਲ ਕੀਤੀ ਆ। ਪ੍ਰਧਾਨ ਸਾਹਿਬ ਦੋ ਤਿੰਨ ਜਕਾਰੇ ਛੱਡਣੇ ਆ। ਪ੍ਰਧਾਨ ਸਾਹਿਬ ਇਹ ਲੋਕ ਤੁਹਾਨੂੰ ਇੰਨਾ ਪਿਆਰ ਕਰਦੇ ਆ ਕਿ ਰਾਤ ਦਿਨ ਵੋਟਾਂ ਦੇ ਵਿੱਚ ਡਟੇ ਪਏ ਆ ਔਰ 1 ਤਰੀਕ ਨੂੰ ਚੀਕਾਂ ਕਢਾ ਦੇਣਗੇ ਚੀਕਾਂ। ਬਲੇ ਸੋ ਨਿਹਾਲ। ਨਾ ਇਹ ਸੁਖੀ ਰੰਧਾਵੇ ਕੋਲ ਡਰਦੇ ਆ, ਨਾ ਇਹ ਗੁਰਦੀਪ ਰੰਧਾਵੇ ਕੋਲ ਡਰਦੇ ਆ। ਜਦੋਂ ਤੁਹਾਡਾ ਇਹਨਾਂ ਦੇ ਉੱਤੇ ਪੂਰਾ ਥਾਪੜਾ ਤੇ ਪ੍ਰਧਾਨ ਸਾਹਿਬ ਤੁਹਾਡੇ ਅੱਗੇ ਬੇਨਤੀ ਆ ਕਿ ਇਹਨਾਂ ਦੇ ਨਾਲ ਤੁਸੀਂ ਵੀ ਜਿਹੜੇ ਚਟਾਨ ਵਾਂਗ ਰਹੋ। ਬਲੇ ਸੋ ਨਿਹਾਲ। ਪ੍ਰਧਾਨ ਸਾਹਿਬ ਦਾ ਸਨਮਾਨ ਕਰਨਾ। ਕਲਾਨੌਰ ਦੀ ਸਾਰੀ ਟੀਮ ਨੂੰ ਬੇਨਤੀ ਆ ਕਿ ਵੱਡਾ ਸਾਹਿਬ ਲਾਗੇ ਆ ਜਾਓ, ਸਾਰੇ ਪਾਓ ਜੀ। ਬਲੇ ਸੋ ਨਿਹਾਲ। ਬਲੇ ਸੋ ਨਿਹਾਲ। ਆ ਪਾ ਦੋ ਸਰੋਤ ਪਾਓ। ਬਲੇ ਸੋ ਨਿਹਾਲ। ਪ੍ਰਧਾਨ ਸਾਹਿਬ ਨੇ ਸੰਬੋਧਨ ਕਰਨਾ, ਸਾਰੀ ਸੰਗਤ ਨੇ ਡਟੇ ਰਹਿਣਾ। ਆਓ ਜੀ ਪ੍ਰਧਾਨ ਸਾਹਿਬ। ਸਾਰੇ ਮੀਡੀਆ ਨੂੰ ਬੇਨਤੀ ਹੈ ਥੱਲੇ ਪਾਸੇ ਅੜ ਜਾਓ ਪਲੀਜ਼। ਇੱਧਰ ਹੋ ਜਾਓ ਸਾਰੇ, ਪਿੱਛੇ ਆ ਜਾਓ, ਥੱਲੇ ਬਹਿ ਜਾਓ ਯਾਰ, ਥੱਲੇ ਬਹਿ ਜਾਓ, ਥੱਲੇ ਬਹਿ ਜਾਓ। ਆ ਪੌੜੀਆਂ ਤੇ ਬਹਿ ਜਾਓ ਸਾਰੇ, ਪੌੜੀਆਂ ਤੇ, ਪੌੜੀਆਂ ਤੇ, ਪੌੜੀਆਂ ਤੇ, ਇੱਧਰਲੇ ਪਾਸੇ ਪੌੜੀਆਂ ਤੇ, ਪੌੜੀਆਂ ਤੇ, ਪੌੜੀਆਂ ਤੇ ਬਹਿ ਜਾਓ ਆਰਾਮ ਨਾਲ, ਪੌੜੀਆਂ ਤੇ ਯਾਰ, ਉਧਰ ਲੋਕੀ ਨਹੀਂ ਦੇਖ ਸਕਦੇ। ਥੱਲੇ ਥੱਲੇ ਜਾਂ ਇੱਧਰਲੇ ਪਾਸੇ ਆ ਜਾਓ, ਜਿਹਨੇ ਵੀਡੀਓ ਲੈਣੀ। ਇੱਧਰ ਅੱਗੇ ਨਹੀਂ ਖੜਨਾ ਜੀ ਕਿਸੇ ਨੇ, ਪਲੀਜ਼ ਸਾਰਿਆਂ ਨੇ ਇੱਧਰ ਇੱਧਰ ਆ ਜਾਓ। ਹਲਕਾ ਡੇਰਾ ਬਾਬਾ ਨਾਨਕ ਦੇ ਕੋਨੇ ਕੋਨੇ ਤੋਂ ਆਏ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਦੇ ਮੈਂਬਰ ਸਾਹਿਬਾਨ, ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਮੈਂ ਵਧਾਈ ਦੇਣਾ ਚਾਹੁੰਦਾ ਸਮੁੱਚੀ ਡੇਰਾ ਬਾਬਾ ਨਾਨਕ ਦੇ ਵਰਕਰਾਂ ਦਾ। ਆ ਜੰਗ ਤੁਸੀਂ ਲੜ ਰਹੇ ਹੋ, ਸਿਰ ਝੁਕਦਾ ਤੁਹਾਡੇ। ਮੈਂ ਪਿਛਲੇ 3 ਮਹੀਨਿਆਂ ਤੋਂ ਤਕਰੀਬਨ 80 ਹਲਕਿਆਂ ਤਾਂ ਪੰਜਾਬ ਬਚਾਓ ਯਾਤਰਾ ਤੇ ਗਿਆ, 3200 ਕਿਲੋਮੀਟਰ ਉਹ ਕੀਤੇ ਤੇ ਬਾਕੀ ਸਾਰੇ ਹਲਕਿਆਂ ਚ ਮੈਂ ਬੋਲ ਕੇ ਆਇਆ, ਰੈਲੀਆਂ ਚ ਵੀ ਸੰਬੋਧਨ ਕੀਤੀਆਂ। ਪਰ ਮੈਂ ਕਹਿ ਸਕਦਾ ਜਿੰਨਾ ਵੱਡਾ ਕੱਟ ਤੁਸੀਂ ਕੀਤਾ, ਸਭ ਤੋਂ 1 ਨੰਬਰ ਤੇ ਤੁਸੀਂ
ਜਦੋਂ ਮੈਂ ਅੰਦਰ ਆ ਰਿਹਾ ਸੀ ਮੈਨੂੰ ਕਹਿ ਰਹੇ ਸੀ ਬਗੈਰ ਲਾੜੇ ਤੋਂ ਬਰਾਤ ਇਕੱਠੀ ਹੋਈ ਪਈ ਹੈ। ਗੱਲ ਸੱਚੀ ਹੈ, ਦੇਖੋ ਇਕਦਮ ਤੁਹਾਡੇ ਜਿਹੜਾ ਲੀਡ ਕਰਦਾ ਭਾਜੇ ਕਿੱਡਾ ਵੱਡਾ ਸੈਟਬੈਕ ਹੁੰਦਾ, ਪਰ ਮੈਂ ਦੇਖਿਆ ਤੇ ਮੈਨੂੰ ਮਾਣ ਹੈ ਤੁਹਾਡੇ ਤੇ, ਤੁਸੀਂ ਕਿਵੇਂ ਪਾਰਟੀ ਨਾਲ ਖੜੇ ਰਹੇ। ਮੈਂ ਕਿਤੇ ਕਿਤੇ ਮੈਨੂੰ ਦੁੱਖ ਲੱਗਦਾ ਕਿ ਕਈ ਲੀਡਰ ਤਾਂ ਦੋ ਦੋ ਗਨਮੈਨਾਂ ਕਰਕੇ ਭੱਜ ਗਏ। ਇੱਥੇ ਲੋਕ 20-20 ਪਰਚੇ ਕਰਾ ਕੇ ਵੀ ਬੈਠੇ ਆ, ਪਾਰਟੀ ਨਾਲ ਖੜੇ ਆ। ਅੱਜ ਜੋ ਹਾਲਾਤ ਪੰਜਾਬ ਦੇ ਹੈ, ਇੱਕ ਪਾਸੇ ਤੁਹਾਡੀ ਜਥੇਬੰਦੀ ਖਾਲਸਾ ਪੰਥ ਦੀ ਫੌਜ, ਸ਼੍ਰੋਮਣੀ ਅਕਾਲੀ ਦਲ ਹੈ, ਜੋ ਗਰੀਬ ਦੀ ਆਵਾਜ਼ ਹੈ, ਕਿਸਾਨਾਂ ਦੀ ਆਵਾਜ਼ ਹੈ, ਜੋ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੀ ਪਾਰਟੀ ਹੈ, ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ। ਤੁਸੀਂ ਜਾਣਦੇ ਹੋ ਬਾਦਲ ਸਾਹਿਬ ਮੁੱਖ ਮੰਤਰੀ ਦੇ 22 ਸਾਲ, ਸਾਰੇ ਧਰਮਾਂ ਦੇ ਲੋਕ ਸੋਚਦੇ ਸੀ ਕਿ ਬਾਦਲ ਸਾਹਿਬ ਸਾਡੇ ਹੈ, ਕ੍ਰਿਸਚੀਅਨ ਵੀਰ ਸੋਚਦੇ ਸੀ ਬਾਦਲ ਸਾਹਿਬ ਸਾਡੇ ਹੈ, ਮੁਸਲਿਮ ਵੀਰ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਹੈ, ਹਿੰਦੂ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਹੈ। ਲੀਡਰ ਉਹ ਮੁੱਖ ਮੰਤਰੀ ਤੇ ਉਹ ਪ੍ਰਧਾਨ ਮੰਤਰੀ ਚਾਹੀਦਾ ਦੇਸ਼ ਵਿਚ ਜੋ ਸਾਰੇ ਧਰਮਾਂ ਦਾ ਸਤਿਕਾਰ ਕਰੇ, ਸਾਰੇ ਧਰਮਾਂ ਨੂੰ ਆਪਣੀ ਆਪਣੀ ਸਪੇਸ ਦੇ। ਅੱਜ ਜੋ ਹੋ ਰਿਹਾ ਦੇਸ਼ ਵਿਚ ਬੜੀ ਖਤਰਨਾਕ ਪੋਲਿਟਿਕ ਸਿਆਸਤ ਦੇਸ਼ ਵਿਚ ਚੱਲ ਪਈ ਹੈ। ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਜੋ ਬਿਆਨ ਦੇ ਰਹੇ ਅੱਜ ਕੱਲ, ਬਹੁਤ ਹੀ ਖਤਰਨਾਕ ਬਿਆਨ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ। ਕਿਤੇ ਮੁਸਲਿਮ ਭਾਈਚਾਰੇ ਦੇ ਖਿਲਾਫ ਬੋਲ ਲੈਂਦੇ ਆ, ਕਿਤੇ ਕ੍ਰਿਸਚੀਅਨ ਭਾਈਚਾਰੇ ਦੇ ਖਿਲਾਫ। ਤੁਸੀਂ ਹੈਰਾਨ ਰਹਿ ਜਾਓਗੇ ਪ੍ਰਧਾਨ ਮੰਤਰੀ ਦਾ ਬਿਆਨ ਕਿ ਜੇ ਤੁਸੀਂ ਬੀਜੇਪੀ ਦੇ ਵਿਚ ਨਾ ਵੋਟਾਂ ਪਾਈਆਂ ਤੁਹਾਡੇ ਮੰਗਲ ਸੂਤਰ ਖੋਲ ਕੇ ਲੈ ਜਾਣਗੇ। 70 ਸਾਲ ਤਾਂ ਕਿਸੇ ਨੇ ਖੋਏ ਨੀ, 18% ਆਬਾਦੀ ਕਿਵੇਂ ਖੋਲੂਗੀ? ਤੇ ਤੁਸੀਂ ਦੇਖਿਆ ਜਦੋਂ ਦੇ ਤੁਸੀਂ ਆਪਾਂ ਕਿਸਾਨੀ ਅੰਦੋਲਨ ਵਿਚ ਹਿੱਸਾ ਲਿੱਤਾ, ਸ਼੍ਰੋਮਣੀ ਅਕਾਲੀ ਦਲ ਨੇ ਆ 30 ਸਾਲ ਦਾ ਗੜਜੋੜ ਤੋੜ ਕੇ ਮੰਤਰੀ ਮੰਡਲ ਦੇ ਵੀ ਲੱਤ ਮਾਰੀ, ਤੁਹਾਡੇ ਨਾਲ ਕਿਸਾਨੀ ਨਾਲ ਖੜ ਗਏ। ਕਿਉਂਕਿ ਕਿਸਾਨਾਂ ਦੀ ਸਹੀ ਮਿਹਨਤ ਤੇ ਜੇ ਕੋਈ ਜਥੇਬੰਦੀ ਹੈ, ਕਈ ਤਾਂ ਗੱਲਾਂ ਕਰਦੀ ਹੈ ਜਥੇਬੰਦੀ ਦਾ ਨਾਂ ਲੈ ਕੇ, ਅਸਲੀ ਕਿਸਾਨਾਂ ਦੀ ਦੇਸ਼ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੈ। ਜਦੋਂ ਆਪਾਂ ਅਕਾਲੀ ਦਲ ਖੜ ਗਿਆ, ਪਹਿਲੇ ਵੀ ਨਾਂ ਸੀ ਤੇ ਇਹਨਾਂ ਨੇ ਦੇਖਿਆ ਕਿ ਇਸ ਕੌਮ ਨੂੰ ਕਮਜ਼ੋਰ ਕਰੋ,
ਉਹਨਾਂ ਨੇ ਦੇਖਿਆ ਕਿ ਵੱਡੀ ਤਾਕਤ ਇਸ ਕੌਮ ਨੂੰ ਗੁਰੂ ਘਰਾਂ ਤੋਂ ਆਉਂਦੀ ਹੈ ਤੇ ਉਹਨਾਂ ਨੇ ਕੀ ਕੀਤਾ ਤੁਹਾਡੇ ਤੇ ਵਾਰ ਕਰਨੇ ਸ਼ੁਰੂ ਕੀਤੇ ਖਾਲਸਾ ਜੀ ਅੱਜ ਤਖ਼ਤ ਹਜ਼ੂਰ ਸਾਹਿਬ ਤੇ ਜਿਹੜੀ ਕਮੇਟੀ ਸੀ ਆਪਣੀ ਜਿਹੜੀ ਪਿਛਲੇ 70-80 ਸਾਲਾਂ ਤੋਂ ਚਲਾ ਰਹੀ ਸੀ ਜਿਹਦੇ ਵਿਚ ਸਿੰਘ ਸਭਾਵਾਂ ਦੇ ਮੈਂਬਰ ਹੁੰਦੇ ਹੈ ਐਸ ਜੀ ਪੀ ਸੀ ਦੇ ਮੈਂਬਰ ਹੁੰਦੇ ਹੈ ਮੈਂਬਰ ਪਾਰਲੀਮੈਂਟ ਸਿੱਖ ਹੁੰਦੇ ਹੈ ਤੇ ਉੱਥੋਂ ਦੇ ਇਲੈਕਟਿਡ ਮੈਂਬਰ ਹੁੰਦੇ ਹੈ ਉਹ ਸਾਰਾ ਕੁਝ ਖਤਮ ਕਰਕੇ ਉਹਨਾਂ ਨੇ ਆਰ ਐਸ ਐਸ ਦੇ ਬੰਦੇ ਨਾਮਨੇਟ ਕਰਤੇ ਤਖ਼ਤ ਹਜ਼ੂਰ ਸਾਹਿਬ ਤੇ ਕਾਬਜ਼ ਹੋ ਗਏ ਤਖ਼ਤ ਪਟਨਾ ਸਾਹਿਬ ਤੇ ਕਾਬਜ਼ ਹੋ ਗਏ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਕਾਬਜ਼ ਹੋ ਗਏ ਕੱਲ ਤੁਸੀਂ ਪਰਸੋਂ ਵੀਡੀਓ ਦੇਖੀ ਹੋਣੀ ਹੈ ਕਾਲਕਾ ਦੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਿਹੜਾ ਕਹਿ ਰਿਹਾ ਕਿ ਬੀਜੇਪੀ ਨੂੰ ਵੋਟਾਂ ਪਾਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਹਨਾਂ ਨੇ ਤੋੜਤੀ ਜਿਹੜੀ ਅੰਗਰੇਜ਼ ਨਹੀਂ ਕਰ ਸਕੇ ਕੋਈ ਹੋਰ ਪਾਰਟੀ ਨਹੀਂ ਕਰ ਸਕੀ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਕਮੰਡਿੰਗ ਕਮੇਟੀ ਤੋੜ ਕੇ ਹਰਿਆਣੇ ਦੀ ਅਲੱਗ ਕਰਤੀ ਤੇ ਉੱਥੇ ਬਿਠਾਤੇ ਦਾਦੂਵਾਲ ਵਰਗੇ ਜਿਹੜੇ ਏਜੰਸੀਆਂ ਦੇ ਬੰਦੇ ਆਪਣੇ ਆਰ ਐਸ ਐਸ ਆ ਸਾਰਾ ਕੁਛ ਕਿਉਂ ਹੋਇਆ ਕਿਉਂਕਿ ਤੁਸੀਂ ਆਪਣੀ ਜਥੇਬੰਦੀ ਨੂੰ ਕਮਜ਼ੋਰ ਕਰ ਦਿੱਤਾ ਜਿਹੜੀ ਤੁਹਾਡੀ ਫੌਜ ਸੀ ਜਿਹੜੀ ਤੁਹਾਡੀ ਢਾਲ ਸੀ ਜਿੱਥੇ ਕੋਈ ਸਿੱਖ ਭੈਣ ਭਰਾ ਨੂੰ ਜਾਂ ਕਿਸੇ ਪੰਜਾਬੀ ਨੂੰ ਕਿਤੇ ਹਿੰਦੁਸਤਾਨ ਵਿੱਚ ਜਾਂ ਦੁਨੀਆ ਸਮੱਸਿਆ ਆਉਂਦੀ ਉਹ ਸਿੱਧੇ ਟੈਲੀਫੋਨ ਕਰਦੇ ਅਕਾਲੀ ਦਲ ਦੇ ਪ੍ਰਧਾਨ ਨੂੰ ਆ ਪਿੱਛੇ ਜਿਹੜੇ ਆਪਣੇ ਕਿਸਾਨ ਵੀਰ ਯੂਪੀ ਵਿੱਚ ਜਿਨ੍ਹਾਂ ਨੇ ਜ਼ਮੀਨਾਂ ਆਬਾਦ ਕੀਤੀਆਂ ਉਹਨਾਂ ਨੂੰ ਯੋਗੀ ਦੀ ਸਰਕਾਰ ਉਹਨਾਂ ਤੋਂ ਜ਼ਮੀਨਾਂ ਵਾਪਸ ਲੈ ਰਹੀ ਸੀ ਮੇਰੇ ਕੋਲੇ ਟੈਲੀਫੋਨ ਆਇਆ ਉਹਨਾਂ ਦਾ ਮੈਂ ਉੱਥੇ ਗਿਆ ਤੇ ਉਹਨਾਂ ਦੀਆਂ ਜ਼ਮੀਨਾਂ ਬਚਾ ਲਈਆਂ ਸਿੱਕਿਮ ਗੁਰੂ ਘਰ ਦੀ ਸਮੱਸਿਆ ਆਈ ਮੇਰੇ ਕੋਲੇ ਆਏ ਮੈਂ ਉੱਥੇ ਗਏ ਕਿ ਉੱਥੇ ਗੁਰੂ ਘਰ ਦੀ ਸਮੱਸਿਆ ਹੱਲ ਕਰਾਈ ਜਿੱਥੇ ਜਿੱਥੇ ਕੋਈ ਸਮੱਸਿਆ ਆਉਂਦੀ ਹੈ ਅਸੀਂ ਜਾਂਦੇ ਹਾਂ ਲੜਨ ਵਾਸਤੇ ਪਰ ਆਪਾਂ ਗੱਲਾਂ ਚ ਆ ਗਏ ਕਿੰਨਾ ਦੀਆਂ ਸੈਂਟਰ ਦੀਆਂ ਪਾਰਟੀ ਦਿੱਲੀ ਦੀ ਪਾਰਟੀਆਂ ਦੀਆਂ ਆ ਝਾੜੂ ਵਾਲਿਆਂ ਦੀਆਂ ਆ ਕਾਂਗਰਸੀਆਂ ਦੀਆਂ ਤੇ ਤੁਹਾਨੂੰ ਕਹਿਣ ਲੱਗੇ ਕਿ ਤੁਸੀਂ ਸਿੱਖ ਵਿਰੋਧੀ ਹੋ ਬੇਅਦਬੀ ਸਾਡੀ ਸਰਕਾਰ ਦੇ ਦੌਰਾਨ ਹੋਈ ਬਹੁਤ ਦੁੱਖ ਦੀ ਘਟਨਾ ਹੈ ਪਰ ਉਹਨਾਂ ਨੇ ਕਹਿ ਦਿੱਤਾ ਕਰਾਈ ਅਕਾਲੀ ਦਲ ਨੇ ਕੋਈ ਕਰਾ ਸਕਦਾ ਸਾਹ ਪ੍ਰਕਾਸ਼ ਸਿੰਘ ਬਾਦਲ ਦੇ ਘਰੇ ਮੇਰੇ ਘਰੇ ਤੁਸੀਂ ਕਿਸ ਮਰਜ਼ੀ ਚਲੇ ਜਾਓ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ ਪਾਠ ਚਲਦੇ ਰਹਿੰਦੇ ਹੈ ਆਪਣੇ ਕਿਸੇ ਅਕਾਲੀ ਦੇ ਘਰੇ ਚਲੇ ਜਾਓ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਊਗਾ ਪਾਠ ਚੱਲਦੇ ਜਿਹੜੀ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਨੂੰ ਤਾਂ ਉਹਨਾਂ ਏਜੰਸੀਆਂ ਨੇ ਉਹਨਾਂ ਦਾਦੂਵਾਲ ਵਰਗਿਆਂ ਨੇ ਮੰਡ ਵਰਗਿਆਂ ਨੇ ਔਰ ਰੋਡੇ ਵਰਗਿਆਂ ਨੇ ਜਿਹੜੇ ਜਿਵੇਂ ਏਜੰਸੀਆਂ ਚਲਾਉਂਦੀਆਂ ਉਵੇਂ ਚੱਲਦੇ ਹੈ ਕਿਉਂਕਿ ਉਹਨੂੰ ਪਤਾ ਸੀ ਕਿ ਅਕਾਲੀ ਦਲ ਕਮਜ਼ੋਰ ਹੋ ਗਿਆ ਤਾਂ ਅਸੀਂ ਪੰਜਾਬ ਤੇ ਕਬਜ਼ਾ ਕਰ ਲਾਂਗੇ ਤੇ ਉਹ ਕਾਮਯਾਬ ਹੋ ਗਏ ਤੇ ਅੱਜ ਤੁਹਾਡਾ ਦੇਖੋ ਕੀ ਹਾਲ ਕਰ ਦਿੱਤਾ ਮੈਂ ਸਾਰੇ ਬੈਠੇ ਕਿਸਾਨੀ ਦੀ ਗੱਲ ਕਰਦੇ ਹੋ ਤੁਸੀਂ ਕਿਤੇ ਸੋਚਿਆ ਕਿ ਤੁਹਾਨੂੰ ਟਿਊਬਵੈਲ ਕਨੈਕਸ਼ਨ ਕਿਹੜੀ ਸਰਕਾਰ ਨੇ ਦਿੱਤੇ ਹੈ 15 ਲੱਖ ਟਿਊਬਵੈਲ ਕਨੈਕਸ਼ਨ ਪੰਜਾਬ ਦੇ ਹੈ ਮੈਂ ਆਰਟੀਏ ਤੋਂ ਘਟਾਇਆ ਮੈਂ ਕਿਹਾ ਦੇਖੀਏ ਕਿਹੜੇ ਕਿਹੜੇ ਸਰਕਾਰ ਚ ਦਿੱਤੇ ਹੈ 13.5 ਲੱਖ ਟਿਊਬਵੈਲ ਕਨੈਕਸ਼ਨ ਅਕਾਲੀ ਦਲ ਦੀ ਸਰਕਾਰਾਂ ਚ ਮਿਲੇ ਪੰਜਾਬ ਚ ਉਹਨਾਂ ਟਿਊਬਵੈਲਾਂ ਵਿੱਚ ਬਿਜਲੀ ਮੁਫ਼ਤ ਬਾਦਲ ਸਾਹਿਬ ਨੇ ਦਿੱਤੀ ਅਕਾਲੀ ਦਲ ਨੇ ਆ ਮੰਡੀਆਂ ਜਿੱਥੇ ਫਸਲਾਂ ਵੇਚਦੀਆਂ ਪਿੰਡਾਂ ਵਿੱਚ
ਬਣਾਈਆਂ ਅਕਾਲੀ ਦਲ ਨੇ, ਨਹਿਰਾਂ ਕੱਢੀਆਂ ਅਕਾਲੀ ਦਲ ਨੇ, ਕਸੀਆਂ ਬਣਾਈਆਂ ਅਕਾਲੀ ਦਲ ਨੇ, ਖਾਲੇ ਬਣਾਏ ਪੱਕੇ ਅਕਾਲੀ ਦਲ ਨੇ, ਅੰਡਰਗਰਾਊਂਡ ਪਾਈਪ ਰਾਹੀਂ ਪਾਣੀ ਪਹੁੰਚਾਇਆ ਅਕਾਲੀ ਦਲ ਨੇ। ਇੱਕ ਵੀ ਚੀਜ਼ ਦੱਸ ਦਿਓ ਜਿਹੜੀ ਕਾਂਗਰਸ ਨੇ ਦਿੱਤੀ ਹੋਏ। ਆ ਜਿਹੜੇ ਟਰੈਕਟਰ ਦੇ ਟੈਕਸ ਲੱਗਦਾ ਹੁੰਦਾ ਸੀ ਆ ਮਾਫ ਕੀਤਾ ਅਕਾਲੀ ਦਲ ਨੇ। ਆ ਮੇਰੇ ਗਰੀਬ ਭਰਾ ਬੈਠੇ ਆ, ਆਟਾ ਦਲ ਸਕੀਮ ਬਾਦਲ ਸਾਹਿਬ ਨੇ ਲਿਆਂਦੀ, ਹਰ ਮਹੀਨੇ ਆਟਾ ਦਲ ਮਿਲਦਾ ਸੀ ਜਿਹੜਾ ਬੰਦ ਕਰ ਦਿੱਤਾ। ਸ਼ਗਨ ਸਕੀਮ ਬਾਦਲ ਸਾਹਿਬ ਦੀ ਸੀ ਪੈਨਸ਼ਨ, ਪਹਿਲੇ ਬਜ਼ੁਰਗਾਂ ਨੂੰ ਪੈਨਸ਼ਨ ਨਹੀਂ ਹੁੰਦੀ ਸੀ, ਪੰਜਾਬ ਪਹਿਲੀ ਵਾਰ ਬਾਦਲ ਸਾਹਿਬ ਬਣੇ ਤੇ ਉਹਨਾਂ ਨੇ ਪੈਨਸ਼ਨ ਲਾਗੂ ਕੀਤੀ, 200 ਯੂਨਿਟ ਬਿਜਲੀ ਦੇ ਮਾਫ ਕੀਤੇ, ਐਸਸੀ ਪਰਿਵਾਰਾਂ ਨੂੰ ਅਸੀਂ ਸਕਾਲਰਸ਼ਿਪ ਦਿੰਦੇ ਸੀ, 6 ਲੱਖ ਬੱਚਿਆਂ ਨੂੰ ਪੜ੍ਹਾਉਂਦੇ ਸੀ ਮੁਫ਼ਤ, ਉਹ ਬੰਦ ਹੈ ਅੱਜ। ਸਰਕਾਰੀ ਸਕੂਲਾਂ 'ਚ ਲੜਕੀਆਂ ਨੂੰ ਸਾਈਕਲ ਦਿੰਦੇ ਸੀ ਜਾਣ ਵਾਸਤੇ 11ਵੀਂ ਤੇ 12ਵੀਂ, ਬੰਦ ਹੈ। ਨੌਜਵਾਨਾਂ ਨੂੰ ਜਿਮ ਖੇਡਾਂ ਦੇ ਸਮਾਨ ਦਿੰਦੇ ਸੀ, ਬੰਦ ਹੈ। ਸੇਵਾ ਕੇਂਦਰ ਤੁਹਾਡੇ ਕੋਲੇ ਪਿੰਡਾਂ 'ਚ ਖੋਲੇ ਤੁਸੀਂ ਆਪਣੇ ਕੰਮ ਕਰਾ ਲਓ, ਬੰਦ ਹੈ। ਆ ਨੌਜਵਾਨ ਨੂੰ ਜਿਮ ਖੇਡਾਂ ਦਾ ਸਮਾਨ ਦਿੰਦੇ ਸੀ ਪਿੰਡ ਪਿੰਡ, ਬੰਦ ਹੈ। ਪਸ਼ੂ ਮੇਲੇ ਕਰਾਉਂਦਾ ਸੀ ਮੈਂ ਕਿ ਲੋਕਾਂ ਨੂੰ ਜਾਨਵਰਾਂ ਦਾ ਸ਼ੌਕ, ਬੜੇ ਲੋਕਾਂ ਨੇ ਵਧੀਆ ਮੱਝਾਂ ਗਾਂ ਰੱਖ ਲਈਆਂ, ਬੰਦ ਹੋ ਗਈਆਂ। ਘੋੜਿਆਂ ਦੇ ਮੇਲੇ ਕਰਾਉਂਦਾ ਸੀ, ਬੰਦ ਕਰਤੇ। ਵਰਲਡ ਕੱਪ ਕਬੱਡੀ ਕਰਾਉਂਦਾ ਸੀ ਮੇਲਾ, 1 ਮਹੀਨਾ ਪੂਰੇ ਮੇਲਾ ਬਣ ਜਾਂਦਾ ਸੀ ਪੰਜਾਬ 'ਚ, ਹਰ ਪੂਰੇ ਪੰਜਾਬ 'ਚ ਅਸੀਂ ਵਰਲਡ ਕੱਪ ਕਬੱਡੀ ਕਰਾਉਂਦੇ। 16 ਮੁਲਕਾਂ 'ਚ ਅਸੀਂ ਟੀਮਾਂ ਤਿਆਰ ਕੀਤੀਆਂ, ਬੰਦ। ਤੁਸੀਂ ਗੱਲ ਦੱਸੋ ਇਹਨਾਂ ਨੇ ਕੀਤਾ ਕੀ ਹੈ? 10 ਸਾਲ ਖਰਾਬ ਹੋ ਗਏ ਤੁਹਾਡੇ, ਬੜੀ ਸਪੀਡ ਨਾਲ ਕੰਮ ਚਲਾਤਾ ਸੀ। ਤੁਸੀਂ ਦੇਖੋ ਪਹਿਲੇ ਬਿਜਲੀ ਦੇ 10-10 ਘੰਟੇ ਕੱਟ ਲੱਗਦੇ ਸੀ, ਅਸੀਂ ਵਾਅਦਾ ਕੀਤਾ ਪੂਰੀ ਸਰਪਲਸ ਕਰਾਵਾਂਗੇ, ਥਰਮਲ ਪਲਾਂਟ ਬਣਾ ਕੇ ਪੂਰੀ ਕਰ ਦਿੱਤੀ। ਤੇ ਹੁਣ ਦੇਖੋਗੇ ਇਸ ਸਾਲ ਗਰਮੀ 'ਚ ਆ 2 ਤਰੀਕ ਦੇ ਬਾਅਦ ਜਿਨ੍ਹਾਂ ਕੋਲੇ ਇਨਵਰਟਰ ਹੈ ਨੀ ਅੱਜ ਹੀ ਲੈ ਲਓ, ਮਹਿੰਗੇ ਹੋ ਜਾਣਗੇ। ਜਨਰੇਟਰ ਵੀ ਹੁਣੀ ਲੈ ਲਓ, ਇੱਕ ਮੱਛਰ ਮਾਰਨ ਵਾਲੀ ਸਪਰੇਅ ਵੀ ਰੱਖ ਲਓ, ਰਾਤ ਨੂੰ ਮੱਛਰ 2 ਤਰੀਕ ਨੂੰ ਆਉਣਗੇ। ਕਿਉਂਕਿ ਇਹਨਾਂ ਨੇ ਬਿਜਲੀ ਮਹਿਕਮੇ ਦੇ ਚੇਅਰਮੈਨ ਨਾਲ ਗੱਲ ਕਰ ਰਿਹਾ ਸੀ, ਮੈਨੂੰ ਕਹਿੰਦਾ ਜੀ 2 ਪਹਿਲੀ ਤਰੀਕ ਤੱਕ ਤਾਂ ਅਸੀਂ ਇੰਤਜ਼ਾਮ ਕਰੀ ਬੈਠੇ ਖਰੀਦ ਖਰੂਦ ਕੇ, 2 ਦੇ ਬਾਅਦ ਸਾਡੇ ਹੱਥ ਖੜੇ ਹੈ, 8-8 ਘੰਟੇ ਲੱਗਣਗੇ। ਕਿਉਂ ਲੱਗਣਗੇ? ਪਿਛਲੇ 7-8 ਸਾਲਾਂ 'ਚ 1 ਵੀ ਨਵਾਂ ਥਰਮਲ ਪਲਾਂਟ ਨਹੀਂ ਲਾਇਆ, ਜਿਹਦੇ ਨਾਲ ਡਿਮਾਂਡ ਜਿਵੇਂ ਵਧੀ ਜਾਂਦੀ ਹੈ ਉਹ ਡਿਮਾਂਡ ਪੂਰੀ ਕਰਨ ਵਾਸਤੇ। ਅਡੋਪ ਤਾਂ ਪੰਜਾਬ ਇਹਨਾਂ ਨੇ ਡੱਕਾ ਤੋੜਿਆ ਨੀ, ਮਿਲੇ ਹੈ ਨੀ, 5 ਸਾਲ ਕੈਪਟਨ ਦਿਖਾਈ ਦਿੱਤਾ ਕਿਤੇ। ਆ ਝਾੜੂ ਵਾਲੇ ਆ ਗਏ, ਮੈਂ ਤਾਂ ਹੈਰਾਨ ਹਾਂ ਆਪਣੀ ਕੌਮ ਤੇ। ਤੁਸੀਂ ਰੋਜ਼ ਅਰਦਾਸ ਕਰਦੇ ਰਾਜ ਕਰੇਗਾ ਖਾਲਸਾ, ਦੇਦਾ ਕਿਉਂ? ਝਾੜੂ ਵਾਲਾ ਕੱਲਾ ਕੰਧ ਤੇ ਹੀ ਲਿਖਦਾ, ਕੱਲੇ ਕੰਧ ਤੇ ਲਿਖਦਾ, ਝਾੜੂ ਨੂੰ ਮੌਕਾ ਦੇ ਦਿਓ, ਸਾਰੇ ਮਗਰ ਝਾੜੂ ਕਰਨਗੇ। ਤੇ ਤੁਸੀਂ ਨਹੀਂ, ਤੁਸੀਂ ਕਿਹਨੂੰ ਦਿੱਤਾ ਹੈ? ਨਹੀਂ, ਤੁਸੀਂ ਸੁੱਖੀ ਰੰਧਾਵੇ ਨੂੰ ਦਿੱਤਾ, ਜਿਹਦੇ ਬਾਪ ਨੇ ਮਿਠਾਈ, ਜਿਹਨੇ ਦਰਬਾਰ ਸਾਹਿਬ ਤੇ ਮਿਠਾਈ ਵੰਡੀ ਹੋਏ, ਤੇ ਉਸ ਪਰਿਵਾਰ ਨੂੰ ਆਪਾਂ ਜਿੱਤਾ ਦੇ? ਖਾਲਸਾ ਦੀ ਮਾਝੇ ਦੀ ਧਰਤੀ 'ਚ ਕਾਂਗਰਸ ਨੂੰ ਵੋਟ ਪੈ ਜੇ, ਇਹ ਤੋਂ ਮਾੜੀ ਗੱਲ ਕੀ ਹੈ? ਮੈਂ ਜਿਹੜੀ ਗੱਲ ਕਰ ਰਿਹਾ ਦੇਖੋ, 1 ਜੂਨ ਹੈ, 1 ਜੂਨ ਵੋਟਾਂ ਪੈਣੀਆਂ 1 ਜੂਨ ਨੂੰ, ਤੇ 1 ਜੂਨ ਉਹ ਹੈ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਟੈਂਕਾਂ ਤੋਪਾਂ ਦੇ ਇੰਦਰਾ ਗਾਂਧੀ ਨੇ ਹਮਲਾ ਕੀਤਾ 1 ਜੂਨ ਨੂੰ, ਭੁੱਲਿਓ ਨਾ। ਦੁੱਖ ਇਸ ਗੱਲ ਦਾ ਕਿਤੇ ਕਿਤੇ ਲੱਗਦਾ ਹੈ
ਕਿ ਉਸੇ ਕਾਂਗਰਸ ਪਾਰਟੀ ਤਿੰਨ ਵਾਰ ਸਰਕਾਰ ਬਣਾ ਗਈ ਪੰਜਾਬ ਚ, ਜਿੱਥੇ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਣੀ ਚਾਹੀਦੀਆਂ ਸੀ 40 ਸਾਲ ਪਹਿਲੇ। ਕਲਕੱਤੇ, ਕਾਨਪੁਰ, ਨਾਗਪੁਰ, ਦਿੱਲੀ, ਜਿੱਥੇ ਸਿੱਖ ਭੈਣ ਭਰਾ ਸੀ, ਉਹਨਾਂ ਨੂੰ ਟੈਰਾਂ ਚ ਅੱਗ ਲਾ ਕੇ ਉਹਨਾਂ ਨੂੰ ਸਾੜ ਦਿੱਤਾ ਗਿਆ। ਅੱਜ ਤੱਕ ਇਨਸਾਫ ਨਹੀਂ ਲੜਿਆ। ਜੇ ਲੜਾਈ ਲੜਦਾ ਰਿਹਾ ਤੇ ਲੜਦਾ ਰਿਹਾ, ਪਾਰਲੀਮੈਂਟ ਚ ਜੋ ਲੜਦਾ ਰਿਹਾ, ਅਕਾਲੀ ਦਲ ਹੀ ਲੜਦਾ ਰਿਹਾ। ਅਕਾਲੀ ਦਲ ਥੋੜੀ ਫੌਜ ਹੈ, ਭੁੱਲ ਕਿਉਂ ਜਾਂਦੇ ਆਪਾਂ? ਆ ਕੋਈ ਸੁਖਬੀਰ ਸਿੰਘ ਬਾਦਲ ਦੀ ਜਾਇਦਾਦ ਨਹੀਂ ਹੈ। ਪ੍ਰਚਾਰ ਕਰਨਗੇ ਬਾਦਲ 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 ਬਾਦਲ, ਉਹ ਜਾਣ ਕੇ ਤੁਹਾਡੇ ਮਨਾਂ ਚ ਜਾਇਦਾਦ ਨਾ ਮੇਰੀ ਹੈ, ਤੁਹਾਡੀ ਹੈ, ਤੁਹਾਡੇ ਬਜ਼ੁਰਗਾਂ ਦੀ ਹੈ, ਤੁਹਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦਿੱਤੀਆਂ, ਤੁਹਾਡੇ ਘਰਾਂ ਵਿੱਚ ਪੁਰਾਣੀ ਫੋਟੋਆਂ ਹੋਣੀਆਂ, ਜੇਲਾਂ ਦੀਆਂ, ਮੋਰਚਿਆਂ ਦੀ, ਜਿੱਥੇ ਤੁਹਾਡੇ ਬਜ਼ੁਰਗ ਗਏ ਹੈ। ਮੈਨੂੰ ਲੱਗਦਾ ਕੋਈ ਹਰ ਦੂਜਾ ਘਰ ਹੋਣਾ ਜਿੱਥੇ ਬਾਦਲ ਸਾਹਿਬ ਨੇ ਅੱਗੇ ਚਾਹ ਪੀਤੀ ਹੋਣੀ ਹੈ। 103 ਸਾਲ ਪੁਰਾਣੀ ਪਾਰਟੀ ਦੇ ਵਿੱਚ ਬਾਦਲ ਸਾਹਿਬ ਨੇ 70 ਸਾਲ ਸੇਵਾ ਕੀਤੀ। 70 ਸਾਲ ਪਿੰਡ ਬਾਦਲ ਦੇ ਸਰਪੰਚ ਤੋਂ ਲੈ ਕੇ ਚੀਫ ਮਿਨਿਸਟਰ ਤੱਕ ਬਣੇ, ਸਾਰੀਆਂ ਪੌੜੀਆਂ ਚੜ੍ਹੇ, ਤੁਹਾਡੇ ਵਿੱਚ ਰਹਿੰਦੇ ਸੀ, ਤੁਹਾਡੀਆਂ ਤਕਲੀਫਾਂ ਜਾਣਦੇ ਸੀ, ਤੇ ਕੌਮ ਖਾਤਰ, ਸੂਬੇ ਖਾਤਰ ਕੁਰਬਾਨੀ ਦੇਣ ਨੂੰ ਇੱਕ ਮਿੰਟ ਨਹੀਂ ਲਾਉਂਦੇ ਸੀ। ਆ ਪਾਰਟੀ ਕਿਉਂਕਿ ਤੁਹਾਡੀ ਆਪਣੀ ਹੈ, ਇਸ ਕਰਕੇ ਜਿਹੜਾ ਮੈਂ ਬੇਨਤੀ ਕਰਨ ਆਇਆ, ਨੁਕਸਾਨ ਆਪਣਾ ਬਹੁਤ ਹੋ ਗਿਆ। ਜੇ ਹਲੇ ਵੀ ਨਹੀਂ ਜਾਗੋਗੇ, ਹਲੇ ਵੀ ਨਹੀਂ ਤੁਸੀਂ ਉੱਠ ਕੇ ਆਪਣੀ ਪਾਰਟੀ ਨੂੰ ਨਹੀਂ ਤਕੜੇ ਕਰੋਗੇ, ਬਹੁਤ ਵੱਡਾ ਨੁਕਸਾਨ ਹੋ ਜਾਣਾ। ਆ ਤੁਸੀਂ ਦੇਖ ਹੀ ਲਿਆ ਬਾਰਡਰ ਤੇ, ਆ ਦਿੱਲੀ ਵਾਲੀਆਂ ਪਾਰਟੀਆਂ ਨੇ ਭਗਵੰਤ ਮਾਨ ਤੇ ਅਮਿਤ ਸ਼ਾਹ ਨੇ ਮਿਲ ਕੇ ਹਰਿਆਣੀ ਦੀ ਪੁਲਿਸ ਉਠਾਇਆ ਆਪਾਂ ਨੂੰ, ਤੇ ਪੰਜਾਬ ਦੀ ਧਰਤੀ ਤੇ ਤੁਸੀਂ ਸੋਚਦੇ ਹੋ ਜੇ ਅਕਾਲੀ ਦਲ ਦੀ ਸਰਕਾਰ ਹੁੰਦੀ ਹੈ ਕਰਨ ਦਿੰਦੀ? ਆ ਦਿੱਲੀ ਵਾਲੀ ਸਾਰੀਆਂ ਇਹਦੀਆਂ ਇੱਥੇ ਕੱਲਾ ਲੁੱਟਣ ਆਉਣੀਆਂ। ਅਕਾਲੀ ਦਲ ਸਹੀ ਬਣੇ ਤੇ ਸਰਕਾਰ ਬਣਾਉਂਦੀ ਹੈ ਸੇਵਾ ਕਰਨ ਵਾਸਤੇ। ਤੁਸੀਂ ਦੇਖੋ ਜਦੋਂ ਅਕਾਲੀ ਦਲ ਦੀ ਸਰਕਾਰ ਹੁੰਦੀ ਹੈ ਤੁਸੀਂ ਸੋਚਦੇ ਹੋ ਸਾਡੀ ਸਰਕਾਰ ਹੈ, ਤੁਹਾਨੂੰ ਚਾਹ ਚੜ ਜਾਂਦਾ, ਤੁਹਾਨੂੰ ਸਾਰਿਆਂ ਨੂੰ ਪਤਾ ਕੋਈ ਸਮੱਸਿਆ ਆ ਜਾਏ ਇਸ ਜਥੇਦਾਰ ਨੂੰ ਫੜੋ, 5 ਮਿੰਟ ਚ ਉਹਨੇ ਹਲਕਾ ਚ ਨੂੰ ਫੜ ਕੇ ਚੀਫ ਮਿਨਿਸਟਰ ਨਾਲ ਸਿੱਧੀ ਗੱਲ ਕਰਾਉਂਦੇ, ਤੇ ਹੁਣ ਕਦੇ ਲੱਭਦਾ ਕੋਈ ਝਾੜੂ ਵਾਲੇ? ਦੇਖੋ ਆ ਭਗਵੰਤ ਮਾਨ ਇੱਕ ਸ਼ਰਾਬੀ, ਆ ਪੁਲਿਸ ਵਾਲੇ ਇੰਸਪੈਕਟਰ ਸਾਹਿਬ ਕੀ ਇੰਸਪੈਕਟਰ ਇਹ ਸਹੀ ਹੋ, ਅੱਧੀ ਪੁਲਿਸ ਤਾਂ ਮੈਂ ਭਰਤੀ ਕਰਾਈ ਹੈ ਆਪਣੇ ਟਾਈਮ ਚ। ਇਹਨਾਂ ਨੂੰ ਪੁੱਛੋ ਸ਼ਰਾਬ ਪੀ ਕੇ ਕੋਈ ਗੱਡੀ ਚਲਾਉਂਦਾ ਅੰਦਰ ਕਰ ਦਿੰਦੇ ਹੋ ਕਿ ਨਹੀਂ? ਕਰਦੇ ਹੋ ਕਿ ਨਹੀਂ? ਹੈ ਕਰਦੇ ਹੋ? ਤੁਹਾਡਾ ਚੀਫ ਮਿਨਿਸਟਰ ਰੋਜ਼ ਬੋਤਲ ਪੀ ਕੇ ਸਰਕਾਰ ਚਲਾਉਂਦਾ ਹੈ, ਦੋ ਬੋਤਲਾਂ, ਉਹਦੀ ਟੈਂਕੀ ਵੀ ਵੱਡੀ ਹੈ। ਹੁਣ ਦੋ ਬੋਤਲਾਂ ਪੀ ਕੇ ਸਵੇਰੇ ਹੀ ਡੱਗ ਜਾਂਦਾ ਹੈ, ਇਹ ਤੋਂ ਮਾੜੀ ਗੱਲ ਕੀ ਹੈ? ਉਹ ਪਰਸੋਂ ਚੌਥੇ ਦੇਖਿਆ ਵੀਡੀਓ ਦੀ ਬਠਿੰਡੇ ਦੀ, ਬੋਤਲ ਉਹਨੂੰ ਇੰਨੀ ਚੜ ਗਈ ਸ਼ਾਮ ਨੂੰ ਰੋਡ ਸ਼ੋਅ ਤੇ ਸੀ, ਬੋਤਲ ਪਾਣੀ ਦੀ ਪੱਗ ਜੀ ਡੋਲਤੀ ਹੋਣੀ ਆਪਣੇ ਆਪ ਨੂੰ ਠੰਡਾ ਕਰਨ ਵਾਸਤੇ ਸਿਰ ਯਾਰ ਝੂਠੀ। ਆ ਇਹ ਜੇ ਬੰਦੇ ਨੂੰ ਘਰੇ ਵਾੜ ਵੀ ਨਹੀਂ ਸਕਦੇ, ਉਹ ਜਿਹਨੂੰ ਮੁੱਖ ਮੰਤਰੀ ਬਣਾਤਾ, ਸੂਬੇ ਦੀ ਗੱਡੀ ਦੇ ਦਿੱਤੀ ਚਲਾਉਣ ਵਾਸਤੇ, ਨਾ ਮਿਲੇ ਨਾ ਕਰੇ, ਉਹਨੂੰ ਤਾਂ ਪਤਾ ਹੈ ਕਿ ਆ ਇਹ ਠੱਗੀ ਵੱਜ ਗਈ। ਝਾੜੂ ਵਾਲੇ ਨੂੰ ਤਾਂ ਮਿਲਦਾ, ਤੁਹਾਨੂੰ ਤਾਂ ਜਾਣਦੇ ਹੀ ਨਹੀਂ ਤੁਸੀਂ ਐਮ ਐਲ ਏ,
ਕਿਹੜੇ ਹੈ? ਜਦੋਂ ਜਿੱਤ ਕੇ ਆਏ ਨਾ ਉਹ ਸੈਸ਼ਨ ਚ ਇਕੱਠੇ ਹੋਏ, ਇੱਕ ਦੂਜੇ ਨੂੰ ਦੱਸੀ ਜਾਣ ਤੂੰ ਵੀ ਐਮਐਲਏ ਅੱਛਾ ਪਤਾ ਨੀ ਅੱਛਾ ਦੂਜਾ ਕਹਿੰਦਾ ਤੂੰ ਵੀ ਐਮਐਲਏ ਬਣ ਗਿਆ, ਇੱਕ ਦੂਜੇ ਨੂੰ ਦੇਖ ਕੇ ਅੱਛਾ ਆ ਵੀ ਬਣ ਗਿਆ, ਜੇ ਸਭ ਤੋਂ ਵੱਡੇ ਠੱਗ ਸੀ ਆ ਵੀ ਬਣ ਗਿਆ ਐਮਐਲਏ, ਜਿੰਨੇ ਠੱਗ ਹੈ ਜਿੰਨੇ ਮਲੰਗ ਹੈ ਸਾਰੇ ਐਮਐਲਏ ਬਣ ਗਏ ਝਾੜੂ ਦੇ। ਹੁਣ ਹੁਣ ਸਾਰੇ ਨੇ ਵਿਆਹ ਕਰਾ ਲਏ ਨਹੀਂ, ਹੁਣ ਤਾਂ ਪਤਾ ਨੀ ਤੀਸਰੀ ਵਾਰ ਵੀ ਚਾਲੂ ਹੋ ਜਾਵੇ, ਕੋਈ ਪਤਾ ਨੀ ਇਹਨਾਂ ਦਾ, ਆਹ ਤਾਂ ਹਾਲਾਤ ਹੈ। ਕੀ ਕਹਿੰਦੇ ਸੀ ਖਰਾ ਪੈਨ ਮੈਂ ਇਹ ਕਰ ਦੂੰਗਾ ਉਹ ਕਰ ਦੂੰਗਾ, 1000 ਰੁਪਏ ਦੇ ਦੂੰਗਾ ਯੇ ਦੇ ਦੂੰਗਾ, ਆਹ ਅਕਾਲੀ ਦਲ ਨਹੀਂ ਜੋ ਜਵਾਨ ਦੀ ਪੱਕੀ ਹੈ। ਵੱਡੇ ਬਾਦਲ ਸਾਹਿਬ ਜਦੋਂ ਮੈਂ ਸਿਆਸਤ ਚ ਆਇਆ ਮੈਨੂੰ ਕਹਿੰਦੇ ਜ਼ਬੀਰ ਇੱਕ ਗੱਲ ਪੈਰੀ ਮੇਰੇ ਤੋਂ, ਅੱਜ ਤੂੰ ਸਿਆਸਤ ਚ ਮੈਨੂੰ ਆਇਆ ਕਿਤੇ ਝੂਠਾ ਵਾਅਦਾ ਨਾ ਕਰੀ। ਕਹਿੰਦਾ ਲੀਡਰ ਉਹ ਕਾਮਯਾਬ ਜਿਹੜਾ ਜਵਾਨ ਦਾ ਪੱਕਾ। ਬਾਦਲ ਸਾਹਿਬ ਅਸੀਂ ਜਦੋਂ ਠੱਗੀ ਮਾਰਨ ਲੱਗੇ ਨਾ ਸਾਡੀ ਪਾਰਟੀ ਚ ਕਹਿੰਦੇ ਤੁਸੀਂ ਬੋਲ ਦਿਓ ਬਾਦਲ ਸਾਹਿਬ, ਕਹਿੰਦੇ ਤੁਸੀਂ ਵੀ ਕਹਿ ਦਿਓ, ਬਾਦਲ ਸਾਹਿਬ ਕਹਿੰਦੇ ਨਾ ਮੈਂ ਉਹੀ ਕਹੂੰਗਾ ਜੋ ਮੈਂ ਪੂਰਾ ਕਰੂੰਗਾ। ਮੈਂ ਦੇਖੋ ਆਹ ਦੇਸ਼ ਵਿੱਚ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ, ਮਾਈਨੋਰਿਟੀਜ਼ ਭਾਵੇਂ ਕ੍ਰਿਸਚਨ ਹੈ ਭਾਵੇਂ ਮੁਸਲਿਮ ਹੈ। ਮੈਂ ਇੰਨਾ ਵਿਸ਼ਵਾਸ ਦਿਵਾਉਣਾ ਪੰਜਾਬ ਵਿੱਚ ਕਿਸੇ ਮਾਈਨੋਰਿਟੀ ਨੂੰ ਆਂਚ ਨਹੀਂ ਆਉਣ ਦਿੰਦੇ। ਆਹ ਸੂਬਾ ਬਾਦਲ ਸਾਹਿਬ ਦੀ ਸੋਚ ਸੀ ਸਾਰਿਆਂ ਨੂੰ ਪਰਿਵਾਰ ਵਾਂਗੂ ਰੱਖਣਾ, ਆਹ ਸਾਰਿਆਂ ਦਾ ਘਰ ਹੈ। ਆਹ ਜਿਹੜੀਆਂ ਫਿਰ ਪਾਰਟੀਆਂ ਜਿਹੜੀਆਂ ਪਾਰਟੀਆਂ ਆਪ ਇੱਕ ਭਰਾ ਨੂੰ ਦੂਜੇ ਨਾਲ ਲੜਾਉਂਦੀਆਂ, ਇਹ ਜਿਹੀਆਂ ਨੂੰ ਪੰਜਾਬ ਵਿੱਚ ਵੜਨ ਨਾ ਦਿਓ ਕਿਉਂਕਿ ਆ ਪੰਜਾਬ ਦਾ ਨੁਕਸਾਨ ਕਰਨੀਆਂ। ਡਾਕਟਰ ਚੀਮਾ ਜੀ ਤੁਹਾਡੇ ਇੱਕ ਵਧੀਆ ਉਮੀਦਵਾਰ ਹੈ, ਤੁਹਾਡੇ ਬਹੁਤ ਵਧੀਆ ਬੰਦੇ ਹੈ। ਇੱਕ ਗੱਲ ਹੈ ਅਸੀਂ ਕਿਹਾ ਐਕਟਰ ਨਹੀਂ ਲੈ ਕੇ ਆਉਣਾ, ਐਕਟਰ ਇਹ ਤਾਂ ਜਿਹੜਾ ਐਕਟਰ ਆਉਂਦਾ ਨਾ ਮਿਲਦਾ ਭੱਜ ਜਾਂਦਾ ਹੈ। ਹੁਣ ਜਮਾ ਪਿਓਰ ਪਿਓਰ ਅਕਾਲੀ ਤੁਹਾਡੇ ਜ਼ਿਲ੍ਹੇ ਦੇ ਪਿਓਰ ਅਕਾਲੀ, ਨਾਲੇ ਇੱਕ ਹੋਰ ਗੱਲ ਹੈ ਨਾ, ਇੱਕ ਤਾਂ ਸਾਡਾ ਪਰਿਵਾਰਕ ਰਿਸ਼ਤਾ ਹੈ ਬਾਦਲ ਸਾਹਿਬ ਦੇ ਸਭ ਤੋਂ ਨਜ਼ਦੀਕੀ ਸਾਥੀ, ਤੁਹਾਨੂੰ ਤਾਂ ਵਧੀਆ ਵਕੀਲ ਮਿਲ ਗਿਆ ਮਾਝੇ ਵਾਲਿਆਂ ਨੂੰ, ਤੇ ਨਾਲੇ ਮੈਂ ਤੁਹਾਨੂੰ ਡੇਰਾ ਬਾਬਾ ਨਾਨਕ ਵਾਲੇ ਸਾਰੀ ਸੰਗਤ ਬੈਠੀ ਹੈ, ਮੈਂ ਤੁਹਾਨੂੰ ਇੱਕ ਗੱਲ ਕਹਿਣਾ, ਅਸੀਂ ਤੁਹਾਡੇ ਤੇ ਕੋਈ ਬੰਦਾ ਥੋਪਾਂਗੇ ਨਹੀਂ, ਤੁਸੀਂ ਫੈਸਲਾ ਕਰੋਗੇ ਕਿਹਨੂੰ ਇੱਥੇ ਹਲਸੇ ਵਧਣ। ਆ ਮੇਰਾ ਵਾਅਦਾ ਤੁਹਾਡੇ ਨਾਲ, ਤੁਸੀਂ ਤੁਹਾਡੀ ਲੀਡਰਸ਼ਿਪ ਲਾਕੇ ਦੀ ਜਿਹਨੂੰ ਚਾਹੂਗੀ ਉਹਨੂੰ ਅਸੀਂ ਸੇਵਾ ਦਾ ਮੌਕਾ ਦੇਵਾਂਗੇ। ਅਸੀਂ ਇੱਕ ਉੱਤੋਂ ਨਹੀਂ ਕੋਈ ਠੁਕਣਾ ਕਿ ਇਹਨੂੰ ਲਿਆ ਕੇ ਦੇ ਦਿਓ ਇਹਨੂੰ ਲਿਆ ਕੇ ਦੇ, ਨਹੀਂ, ਕਿਉਂਕਿ ਮੈਂ ਤੁਹਾਡੇ ਸਿਰ ਝੁਕਦਾ, ਤੁਹਾਡਾ ਐਗਜ਼ਾਮਪਲ ਮੈਂ ਕਈ ਜਗ੍ਹਾ ਤੇ ਜਾ ਕੇ ਦੇਣਾ ਹੈ। ਭਾਵੇਂ ਲੀਡਰ ਭੱਜ ਗਿਆ ਪਰ ਸੰਗਤ ਵਰਕਰ ਨਾਲ ਖੜੇ ਆ। ਜਿਹੜੇ ਲੋਕ ਇੰਨੇ ਨਜ਼ਦੀਕੀ ਸੀ ਪਰ ਤੁਹਾਨੂੰ ਤੁਸੀਂ ਯਾਰ ਪਾਰਟੀ ਨਾਲ ਖੜੇ ਰਹੋ, ਸਲੂਟ ਕਰ ਦਵਾਂ ਤੁਹਾਨੂੰ। ਸੋ ਹੁਣ ਇੰਨਾ ਹੀ ਕਰ ਦਿਓ ਡੇਰੇ ਵਾਲਿਓ, ਹੁਣ ਐਕਟੀ ਐਗਜ਼ਾਮਪਲ ਸੈੱਟ ਕਰ ਦਿਓ ਕਿ ਬਗੈਰ ਲੀਡਰ ਤੋਂ ਤੁਸੀਂ 20 ਹੱਦ ਜਿਤਾਓਗੇ ਹਲਕਾ। ਆ ਲੜਾਈ ਸਾਰੇ ਵਰਕਰਾਂ ਨੇ ਆਪਣਾ ਆਪਣਾ ਬੂਥ ਸੰਭਾਲ ਲੈਣਾ, ਸਾਰੇ ਵਰਕਰ ਫੈਸਲਾ ਕਰ ਦਿਓ ਮੈਂ ਆਪਣਾ ਬੂਥ ਜਿਤਾਉਣਾ ਹੀ ਜਿਤਾਉਣਾ। ਆਪਾਂ ਆਪਣੇ ਬੂਥ ਤੋਂ ਬਾਹਰ ਨਾ ਜਾਇਓ, ਆਪਣੇ ਮੋਰਚੇ ਉੱਥੇ ਹੀ ਲਾ ਲਿਓ। ਤੇ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਜੈ ਜਾ ਮਾਹੌਲ ਪੰਜਾਬ ਚ ਹੈ,
ਨਾ ਇੱਥੇ ਝਾੜੂ ਰਹੂਗਾ, ਨਾ ਕਮਲ ਦਾ ਫੁੱਲ ਉੱਗਣ ਦੇਵਾਂਗੇ। ਖੂੰਡੀ ਪੰਜੇ ਨੂੰ ਤਾਂ ਤੁਹਾਨੂੰ ਪਤਾ ਉਹਦਾ ਕਰਨਾ ਕੀ ਆਪਾਂ। ਹੁਣ ਝੰਡਾ ਝੁੱਲੂਗਾ, ਕੇਸਰੀ ਕੱਲੇ ਲੜ ਰਿਹਾ, ਤੁਹਾਡੇ ਸਿਰ ਤੇ ਲੜ ਰਿਹਾ। ਐਂਡ ਮੈਂ ਤੁਹਾਨੂੰ ਇੰਨਾ ਕਹਿਣਾ, ਤੁਹਾਡੇ ਸਿਰ ਤੇ ਆਸ਼ੀਰਵਾਦ ਰੱਖ ਦੋ, ਜਿਵੇਂ 92 ਸੀਟਾਂ ਝਾੜੂ ਨੂੰ ਦੇ ਦੀਆਂ, ਆਹ ਤਾਂ ਤੁਹਾਡੀ ਆਪਣੀ ਫੌਜ ਹੈ, 13 ਦੀਆਂ 13 ਕਰ ਦਿਓ। ਤੇ 1 ਜੂਨ ਨਾ ਭੁੱਲਿਓ ਕੀ ਆਪਣਾ ਬੇਇਨਸਾਫ ਹੋ ਗਈ ਆ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸਮੁੱਚੀ ਲੀਡਰ, ਸਮੁੱਚੀ ਵਰਕਰ, ਸਾਰੇ ਸਰਕਲ ਪ੍ਰਧਾਨਾਂ ਦਾ, AGPC ਮੈਂਬਰ ਦਾ, ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।